ਮੈਂ ਕੋਸ਼ਿਸ਼ ਕਰ ਰਿਹਾ ਗਾ ਵੀ ਹਾਂਜੀ ਹੈ ਗਾਣਾ ਬਹੁਤ ਟਫ ਹੈ ਕਿਉਂਕਿ ਉਹਦੀ ਕੰਪੋਜੀਸ਼ਨ ਹੈ ਜਿਹੜੀ ਏ ਆਰ ਰਹਿਮਾਨ ਸਾਹਿਬ ਦੀ ਕੰਪੋਜੀਸ਼ਨ ਹਾਂਜੀ ਹੈ। ਬਜ ਬਾਜਾ ਬਾਜਾ। ਉਹਨਾਂ ਨੇ ਮੇਰਾ ਮਤਲਬ ਮੇਰੀ ਵੀਡੀਓ ਰਹਿਮਾਨ ਸਾਹਿਬ ਦੀ ਟੀਮ ਨੂੰ ਭੇਜੀ, ਵੱਖਰਾ ਆ। ਉਹਨਾਂ ਨੇ ਚੇਨਈ ਤੋਂ ਮੂਵ ਨਹੀਂ ਹੋਏ, ਉਹ ਮਤਲਬ ਬੰਬੇ ਨਹੀਂ ਆਏ, ਠੀਕ ਇੰਡਸਟਰੀ ਚੱਲ ਕੇ ਚੇਨਈ ਜਾਂਦੀ ਉਹਨਾਂ ਕੋਲ। ਜੀ ਸੋ ਉਹਨਾਂ ਨੇ ਮੈਨੂੰ ਕਿਹਾ ਵੀ ਪਰਸੋਂ ਤੁਸੀਂ ਚੇਨਈ ਆਓ ਵੀ ਤੁਹਾਨੂੰ। ਮੈਂ ਤਾਂ ਖੁਸ਼ ਹੋ ਗਿਆ। ਠਰਕ ਠਰਕ ਤਾਨੋ ਮੇ ਸੈਕਸੀ ਗੀਤ ਗਾਤਾ ਥਾ, ਗੰਧ ਘੋਲ ਜਾਤਾ ਵੋ, ਜਿਸ ਵਜ੍ਹਾ ਸੇ ਚਮਕਾ ਵੋ ਉਸ ਵਜ੍ਹਾ ਸੇ ਟਪਕਾ। ਮੈਂ ਕਿਹਾ ਵੀ ਅੱਛਾ, ਗਾਣੇ ਬਾਰੇ ਮੈਨੂੰ ਕਹਿੰਦੇ ਤੁਹਾਡਾ ਗਾਣਾ ਸ਼ਾਇਦ ਚਮਕੀਲਾ ਫਿਲਮ ਆ, ਕੋਈ ਫਿਲਮ ਕਰ ਰਿਹਾ, ਮੈਨੂੰ ਇਹ ਵੀ ਨਹੀਂ ਪਤਾ ਸੀ ਵੀ ਚਮਕੀਲਾ ਕਰ ਰਿਹਾ। ਜੀ ਹੋਰ ਕਿਸੇ ਕਲਾਕਾਰ ਨਾਲ ਮਿਲਣ ਦਾ ਮੌਕਾ ਮਿਲਿਆ ਹੋਵੇ ਜਿਵੇਂ ਦਲਜੀਤ ਹੋਣੀ? ਕਲਾਕਾਰ ਹਾਂਜੀ, ਮੈਂ ਦਲਜੀਤ ਦੁਸਾਂਝ, ਪਰਨੀਤੀ ਚੋਪੜਾ ਸੀ, ਮਤਲਬ ਮੈਨੂੰ ਇੱਕ ਇੱਕ ਟਾਈਮ ਅਸੀਂ ਲੰਚ ਇਕੱਠਿਆਂ ਨਹੀਂ। ਹੁਣ ਚਲੋ ਆਪਾਂ ਮਿਊਜ਼ਿਕ ਦੀ ਗੱਲ ਕਰ ਲੈਂਦੇ ਹਾਂ, ਜਿਹੜਾ ਹੁਣ ਨਵਾਂ ਮਿਊਜ਼ਿਕ ਆ ਰਿਹਾ ਅੱਜ ਕੱਲ੍ਹ, ਹਿਪ ਹੋਪ ਆ ਰਿਹਾ, ਲੋਕੀ ਰੈਪ ਕਰ ਰਹੇ ਨੇ, ਹੈ ਨਾ? ਅਤੇ ਹੁਣ ਤਾਂ ਆਪਣੇ ਪੰਜਾਬ 'ਚ ਵੀ ਤੁਸੀਂ ਵੀਡੀਓ ਦੇਖੀ ਹੋਣੀ, ਮੈਂ ਦੇ ਰਿਹਾ ਟਿਕਟੋਕ 'ਤੇ, ਉਹ ਆ ਗਿਆ ਕਲਚਰ ਜਿਹਾ, ਖੜੇ 10 ਮੁੰਡੇ ਰੈਪ ਕਰ ਰਹੇ ਨੇ, ਹੈ ਨਾ? ਉਹਨੂੰ ਕਿੱਦਾਂ ਦੇਖਦੇ ਹੋ, ਉਸ ਮਿਊਜ਼ਿਕ ਨੂੰ ਕਿੱਦਾਂ ਦੇਖਦੇ ਹੋ? ਖਾਤਾ ਅੰਨ ਪੰਜਾਬ ਦਾ ਤੇ ਜਿੰਨਾ ਪੀਤਾ ਪਾਣੀ, ਇਸ ਪਵਿੱਤਰ ਧਰਤੀ ਦੀ ਕੋਈ ਕਦਰ ਨਾ ਜਾਣੀ। ਹੋ ਨਵੇਂ ਢਵਈਆ ਆਪਣਾ ਹੈ ਰੰਗ ਦਿਖਾਇਆ, ਸੱਭਿਆਚਾਰ ਪੰਜਾਬ ਦਾ ਜੀ ਫੜ ਖੂੰਜੇ ਲਾਇਆ। ਇਹ ਸਵਾਲ ਸੀਗਾ ਵੀ ਜਿਹੜੇ ਬੰਦੇ ਦੀ ਆਵਾਜ਼ ਵਧੀਆ ਨਹੀਂ ਹੈਗੀ, ਆਵਾਜ਼ ਉਹ ਗਾ ਨਹੀਂ ਸਕਦਾ, ਉਹ ਵੀ ਸਿੱਖ ਸਕਦਾ ਇੱਕ ਚੰਗਾ ਗਾਉਣਾ, ਜਾਂ ਫਿਰ ਇਹ ਕੁਦਰਤੀ ਆਪਾਂ ਨੂੰ ਰੱਬ ਲਈਓ ਹੋਣਾ ਚਾਹੀਦਾ ਕਿ ਯਾਰ ਸ਼ੁਰੂ ਤੋਂ ਹੀ ਬੰਦੇ ਦਾ ਗਲਾ ਜਾਂ ਆਵਾਜ਼ ਥੋੜ੍ਹੀ ਮੋਟੀ ਵਧੀਆ ਹੋਣੀ ਚਾਹੀਦੀ ਹੈ ਤਾਂ ਹੀ ਉਹ ਸਿੱਖ ਸਕਦਾ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਦੋਸਤੋ, ਤੁਹਾਡਾ ਫੇਰ ਸਵਾਗਤ ਹੈ ਕਲਾਕਾਰ ਪੋਡਕਾਸਟ 'ਤੇ। ਅਤੇ ਅੱਜ ਆਪਣੇ ਨਾਲ ਨੇ ਇੱਕ ਗਾਇਕ, ਇੱਕ ਲੇਖਕ, ਅਤੇ ਜਿਨ੍ਹਾਂ ਨੂੰ ਤੁਸੀਂ ਜ਼ਰੂਰ ਕਿਸੇ ਨਾ ਕਿਸੇ ਅਖਾੜੇ 'ਤੇ ਜਾਂ ਕਿਸੇ ਪ੍ਰੋਗਰਾਮ 'ਤੇ, ਸਾਰੇ ਗਾਮਾ ਪਾ ਵਰਗੇ ਪ੍ਰੋਗਰਾਮਸ 'ਤੇ ਜ਼ਰੂਰ ਦੇਖਿਆ ਹੋਊਗਾ, ਨਹੀਂ ਤਾਂ ਕਿਤੇ ਨਾ ਕਿਤੇ ਤੁਸੀਂ ਉਹਨਾਂ ਦੀਆਂ ਵੀਡੀਓਜ਼, ਰੀਲਸ, ਟਿਕਟੋਕ 'ਤੇ ਉਹਨਾਂ ਨੂੰ ਮਿਊਜ਼ਿਕ ਨਾਲ ਰਿਲੇਟਡ ਵੀਡੀਓਜ਼ ਬਣਾਉਂਦੇ ਹੋਏ ਜ਼ਰੂਰ ਦੇਖਿਆ ਹੋਊਗਾ। ਤਾਂ ਅੱਜ ਆਪਣੇ ਨਾਲ ਨੇ ਪ੍ਰਿੰਸ ਇੰਦਰਪ੍ਰੀਤ ਸਿੰਘ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੁਸੀਂ ਇੰਟਰਵਿਊ ਵਾਸਤੇ ਆਏ। ਤੇ ਕਲਾਕਾਰ ਜਿਹੜਾ ਤੁਹਾਡਾ ਚੈਨਲ ਆ, ਹਾਂਜੀ, ਚੈਨਲ ਵਾਲੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਨੇ ਜੀ, ਪਹਿਲਾਂ ਸਾਰਿਆਂ ਨੂੰ ਪਹਿਲਾਂ ਦੱਸੋ ਹਾਲ ਚਾਲ ਬਾਈ? ਬਹੁਤ ਵਧੀਆ, ਬਰਫ਼ ਥੋੜੀ ਘਟੀ ਹੈ, ਟੈਂਪਰੇਚਰ ਥੋੜਾ ਵਧਿਆ ਆ, ਹਾਂਜੀ, ਤੇ ਸਾਰਿਆਂ ਨੂੰ ਆਪਾਂ ਨੂੰ ਸਕੂਨ ਜਿਹੜਾ ਰਾਹਤ ਮਿਲੀ ਹੈ। ਵੈਸੇ ਗਰਮੀ ਆ ਨਹੀਂ ਰਹੀ, ਲਾਸਟ ਵੀਕ ਵੀ ਆਈ ਸੀਗੀ, ਬਟ ਫਿਰ ਨਾਲ ਹੀ ਹੁਣ ਫੇਰ ਆ ਮੌਸਮ ਠੰਡਾ ਆ ਵੀਕ ਤੇ, ਪਰ ਠੀਕ ਹੈ, ਇਹੋ ਜਿਹੇ ਮੌਸਮ 'ਚ ਆਪਾਂ ਸਰਵਾਈਵ ਕਰ ਸਕਦੇ ਹਾਂ, ਬਰਫ਼ ਨਾਲੋਂ ਠੀਕ ਹੈ, ਵਧੀਆ ਮੌਸਮ ਆ, ਗਰਮੀ ਨਾਲੋਂ ਵੀ ਵਧੀਆ, ਸਹੀ ਗੱਲ ਹੈ। ਤਾਂ ਆਪਾਂ ਪੋਡਕਾਸਟ ਦੀ ਸ਼ੁਰੂਆਤ ਇਸ ਗੱਲ ਤੋਂ ਕਰਦੇ ਹਾਂ ਜੀ, ਮੈਂ ਪਿੱਛੇ ਤੁਹਾਡਾ ਚੈੱਕ ਕਰ ਰਿਹਾ ਸੀ ਵੀ ਤੁਹਾਡਾ ਗਾਣਾ ਆਇਆ ਬਾਲੀਵੁੱਡ ਦੇ ਵਿੱਚ, ਹੈ ਨਾ, ਤੁਸੀਂ ਡੈਬਿਊ ਕੀਤਾ, ਅਤੇ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ, ਜੇ ਤੁਸੀਂ ਗਾ ਕੇ ਸ਼ੁਰੂ ਕਰ ਸਕਦੇ ਹੋ ਤਾਂ ਬਹੁਤ ਵਧੀਆ ਹੋ ਜੂਗਾ, ਅਤੇ ਨਹੀਂ ਉਹਦੇ ਬਾਰੇ ਜ਼ਰੂਰ ਥੋੜ੍ਹਾ ਜਿਹਾ ਦੱਸਿਓ, ਉੱਥੋਂ ਸ਼ੁਰੂਆਤ ਕਰਦੇ ਹਾਂ ਆਪਾਂ। ਉਹ ਮੈਂ ਗਾਣਾ ਤੁਹਾਨੂੰ ਗਾ ਕੇ ਜ਼ਰੂਰ, ਮੈਂ ਪਹਿਲੀ ਵਾਰੀ ਮਤਲਬ ਤੁਹਾਡੇ ਪੋਡਕਾਸਟ ਦੇ ਵਿੱਚ ਲਾਈਵ ਗਾ ਰਿਹਾ, ਮਤਲਬ ਉਹ ਠੀਕ ਹੈ ਜੀ, ਆਪਾਂ ਕੋਸ਼ਿਸ਼ ਕਰ ਰਹੇ ਹਾਂ ਜੀ, ਹੈ ਗਾਣਾ ਬਹੁਤ ਟਫ ਹੈ ਕਿਉਂਕਿ ਉਹਦੀ ਕੰਪੋਜੀਸ਼ਨ ਹੈ ਜਿਹੜੀ ਏ ਆਰ ਰਹਿਮਾਨ ਸਾਹਿਬ ਦੀ ਕੰਪੋਜੀਸ਼ਨ ਹੈ। ਉਹ ਸੁਣਨ ਨੂੰ ਇਦਾਂ ਲੱਗਦਾ ਵੀ ਗਾਣਾ ਬਹੁਤ ਟਫ ਆ, ਗਾਉਣਾ ਤਾਂ ਔਖਾ ਹੋ ਗਈ, ਤੇ ਮੈਂ ਹਾਰਮੋਨੀਅਮ ਤੇ ਜੇ ਕਦੇ ਗਾਇਆ ਨਹੀਂ, ਮੈਂ ਵੈਸੇ ਹੀ ਸੁਣਾਉਣਾ। ਹਾਂਜੀ ਵੈਸੇ ਹੀ ਸੁਣਾ ਦਿਓ, ਕੋਈ ਗੱਲ ਨਹੀਂ। ਉਹ ਹੈ ਬਜ ਬਾਜਾ ਬਾਜਾ ਖੇਲਾ ਸ਼ੁਰੂ ਹੈ,
ਆ ਦੇਖੇ ਆ ਜਾ ਲਚਰ ਲਚਰ ਗਾਨੋ ਮੇ ਠਰਕ ਠਰਕ ਤਾਨੋ ਮੇ ਸੈਕਸੀ ਗੀਤ ਗਾਤਾ ਥਾ ਗੰਧ ਘੋਲ ਜਾਤਾ ਵੋ ਜਿਸ ਵਜ੍ਹਾ ਸੇ ਚਮਕਾ ਵੋ ਉਸ ਵਜ੍ਹਾ ਸੇ ਟਪਕਾ ਚਮਕੀਲਾ ਸੈਕਸੀਲਾ ਠਰਕੀਲਾ ਵੋ ਗੰਦਾ ਬੰਦਾ ਕਿਆ ਬਾਤ ਹੈ ਜੀ, ਮੈਨੂੰ ਲੱਗਦਾ ਅੱਜ ਮੈਂ ਤੁਹਾਨੂੰ ਗਾਣੇ ਹੀ ਸੁਣੂ, ਮੈਨੂੰ ਸਵਾਦ ਆ ਗਿਆ ਸੁਣ ਕੇ ਲਾਈਵ। ਸਹੀ ਹੈ, ਮੈਂ ਵੈਸੇ ਤੁਹਾਨੂੰ ਪਛਾਣ ਲਿਆ ਸੀਗਾ ਉੱਥੇ ਵੀਡੀਓ 'ਚ। ਅੱਛਾ ਅੱਛਾ ਹਾਂਜੀ, ਜੀ ਜੀ ਮੈਂ ਉਦੋਂ ਪਹਿਲਾਂ ਤੁਹਾਡੀ ਵੀਡੀਓ ਰੀਲਾਂ ਦੇਖਦਾ ਸੀ ਨਾ। ਬਹੁਤ ਸਾਰੇ ਸੱਜਣਾਂ ਦਾ ਮਤਲਬ ਕਾਲਸ ਵੀ ਆਈਆਂ, ਹਾਂਜੀ ਮੈਸੇਜਸ ਵੀ ਆਏ, ਤੇ ਕਈਆਂ ਦੇ ਹਜੇ ਜਵਾਬ ਵੀ ਨਹੀਂ ਚਲੋ ਦਿੱਤੇ ਗਏ, ਉਹਨਾਂ ਤੋਂ ਮਾਫੀ। ਤੇ ਨਹੀਂ ਪਰ ਮਤਲਬ ਮੈਨੂੰ ਐ ਸੀਗਾ ਵੀ ਕਿਸੇ ਨੇ ਪਛਾਣਨਾ ਨਹੀਂ, ਹਾਂਜੀ, ਪਰ ਸਾਰਿਆਂ ਨੇ ਮਤਲਬ ਪਛਾਣ ਲਿਆ। ਬਹੁਤ ਬਹੁਤ ਲੋਕਾਂ ਦਾ ਮੈਸੇਜ ਮਤਲਬ ਆਏ, ਉੱਥੋਂ ਸਿੱਧ ਹੁੰਦਾ ਵੀ ਉਹਨਾਂ ਨੇ ਪਛਾਣ ਲਿਆ। ਜੀ 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 ਕਿੱਦਾਂ ਸਵਾਬ ਕਿੱਦਾਂ ਬਣਿਆ ਜੀ ਉੱਧਰ? ਸਵਾਬ ਮੈਂ ਸਿੱਧੇ ਤੌਰ ਤੇ ਜਿਹੜਾ ਨਾਮ ਲੈਣਾ ਚਾਹੂੰਗਾ, ਜੱਸੀ ਸੰਗਾ ਭੈਣ ਨੇ, ਅੱਛਾ ਜੀ, ਔਰ ਉਹ ਸਵਾਬ ਬਣੇ। ਉਹਨਾਂ ਨੇ ਮੇਰਾ ਮਤਲਬ ਮੇਰੀ ਵੀਡੀਓ ਰਹਿਮਾਨ ਸਾਹਿਬ ਦੀ ਟੀਮ ਨੂੰ ਭੇਜੀ, ਤੇ ਉਹ ਪਤਾ ਨਹੀਂ ਹੁਣ ਉਹਨਾਂ ਨੇ ਰੱਬ ਜਾਣੇ ਵੀ ਰਹਿਮਾਨ ਸਾਹਿਬ ਨੇ ਸੁਣੀ ਕਿ ਉਹਨਾਂ ਦੀ ਟੀਮ ਨੇ ਮੇਰੀ ਵੀਡੀਓ ਸੁਣੀ, ਉਹਨਾਂ ਨੇ ਕਿਹਾ ਵੀ ਆ ਜਾਓ, ਕਿਉਂਕਿ ਇੱਥੇ ਵੀ ਗੱਲ ਹੈ ਵੀ ਸਾਰੀ ਇੰਡਸਟਰੀ ਜਿਹੜੀ ਬਾਲੀਵੁੱਡ ਇੰਡਸਟਰੀ ਆ, ਉਹ ਮਿਊਜ਼ਿਕ ਇੰਡਸਟਰੀ ਹੋਵੇ ਜਾਂ ਫਿਲਮ ਇੰਡਸਟਰੀ ਹੋਵੇ, ਉਹ ਬੰਬੇ ਆ। ਹਾਂਜੀ, ਪਰ ਰਹਿਮਾਨ ਸਾਹਿਬ ਦਾ ਕੰਮ ਕਰਨ ਦਾ ਤਰੀਕਾ ਵੱਖਰਾ ਆ। ਉਹਨਾਂ ਨੇ ਚੇਨਈ ਤੋਂ ਮੂਵ ਨਹੀਂ ਹੋਏ, ਉਹ ਮਤਲਬ ਬੰਬੇ ਨਹੀਂ ਆਏ, ਠੀਕ, ਇੰਡਸਟਰੀ ਚੱਲ ਕੇ ਚੇਨਈ ਜਾਂਦੀ ਉਹਨਾਂ ਕੋਲ। ਜੀ, ਸੋ ਉਹਨਾਂ ਦਾ ਜਿਹੜਾ ਸੈਟਅਪ ਆ, ਤਾਮ ਝਾਮ ਬਹੁਤ ਵੱਡਾ, ਮਹਾਰਾਜ ਉਹਨਾਂ ਨੂੰ ਹੋਰ ਬਰਕਤ ਤੇ ਉਹਨਾਂ ਨੂੰ ਚੰਗੀ ਸਿਹਤ ਬਖਸ਼ੇ, ਤੇ ਚੰਗਾ ਮਿਊਜ਼ਿਕ ਮਤਲਬ ਬਣਾਉਂਦੇ ਰਹਿਣ। ਸੋ ਜੱਸੀ ਸੰਗਾ ਭੈਣ ਦੇ ਥਰੂ ਮੇਰੀ ਵੀਡੀਓ ਉਹਨਾਂ ਕੋਲ ਪਹੁੰਚੀ, ਸੋ ਉਹਨਾਂ ਨੇ ਮੈਨੂੰ ਕਿਹਾ ਵੀ ਪਰਸੋਂ ਤੁਸੀਂ ਚੇਨਈ ਆਓ ਵੀ ਤੁਹਾਨੂੰ। ਮੈਂ ਤਾਂ ਖੁਸ਼ ਹੋ ਗਿਆ, ਮੈਂ ਕਿਹਾ ਵੀ ਅੱਛਾ ਗਾਣੇ ਬਾਰੇ ਮੈਨੂੰ ਕਹਿੰਦੇ ਤੁਹਾਡਾ ਗਾਣਾ ਸ਼ਾਇਦ ਚਮਕੀਲਾ ਫਿਲਮ ਆ, ਕੋਈ ਫਿਲਮ ਕਰ ਰਿਹਾ, ਮੈਨੂੰ ਇਹ ਵੀ ਨਹੀਂ ਪਤਾ ਸੀ ਵੀ ਚਮਕੀਲਾ ਕਰ ਰਹੇ ਆ ਜੀ, ਵੀ ਉਸ ਕਿਸੇ ਫਿਲਮ ਵਾਸਤੇ ਤੁਹਾਡਾ ਮਤਲਬ ਉਹਨਾਂ ਨੇ ਬੁਲਾਇਆ ਤੁਹਾਨੂੰ ਜੀ। ਮੈਨੂੰ ਐਂ ਸੀ ਵੀ ਚਲੋ ਨਾ ਵੀ ਗਵਾਉਣਗੇ ਤਾਂ ਦਰਸ਼ਨ ਕਰਕੇ ਆ ਮੁੜਿਆ, ਹਾਂ ਚਲੋ ਮਿਲ ਲਾਂਗੇ, ਹਾਂ ਮਿਲ ਲਾਂਗੇ ਚੰਗੇ ਉਸਤਾਦ ਉਸਤਾਦ ਲੋਕਾਂ ਕੋਲੇ, ਉਹਨਾਂ ਦੀ ਸੰਗਤ ਮਾਰ ਲਾਂਗੇ। ਤੇ ਲਓ ਜੀ ਮੈਂ ਗਿਆ, ਤੇ ਮੈਨੂੰ ਐਂ ਸੀ ਵੀ ਯਾਰ ਉਹਨੇ ਮੇਰੀ ਫਲਾਈਟ ਵੀ ਬੁੱਕ ਕਰਾਤੀ, ਮੈਂ ਕਿਹਾ ਇਹ ਵੀ ਚਲੋ ਜੈਨੂਨ ਲੱਗਦਾ ਵੀ ਕੇਸ ਜਿਹਾ ਵੀ, ਜੇ ਉਹਨਾਂ ਨੇ ਫਲਾਈਟ ਵੀ ਬੁੱਕ ਕਰਾਤੀ ਤੇ ਇਟ ਮੀਨਸ ਕੁਛ ਤਾਂ ਹੋਊਗਾ। ਤੁਹਾਡੀ ਕਿਹਨਾਂ ਨਾਲ ਗੱਲ, ਉਹਨੇ ਟੀਮ ਨਾਲ ਗੱਲ ਹੋਈ? ਮੇਰੀ ਮੇਰੀ ਸਿਰਫ ਜੱਸੀ ਸੰਗਾ ਭੈਣ ਨਾਲ ਗੱਲ ਹੋਈ। ਓਕੇ, ਠੀਕ ਹੈ ਜੀ, ਮੇਰੀ ਵਜੇ ਉਹਨਾਂ ਦੀ ਟੀਮ ਨਾਲ ਕੋਈ ਗੱਲ ਨਹੀਂ ਹੋਈ ਜੀ। ਤੇ ਉਹ ਲਓ ਜੀ ਉਹਨਾਂ ਨੇ ਮੇਰੀ ਟਿਕਟ ਚੰਡੀਗੜ੍ਹ ਤੋਂ ਬੁੱਕ ਕਰਾਤੀ ਸਿੱਧੀ ਚੇਨਈ ਦੀ, ਤੇ ਚੇਨਈ ਮੈਂ ਪਹੁੰਚਿਆ ਤੇ ਉਹਨਾਂ ਦਾ ਮੈਨੂੰ ਜਦੋਂ ਬੰਦਾ ਲੈਣ ਆਇਆ ਉਹਦੇ ਲਿਖਿਆ ARR, ਮੈਂ ਕਿਹਾ ਬਈ ਬੰਦਾ ਵੀ ਉਹਨਾਂ ਦਾ ਹੀ ਹੈ। ਸਹੀ ਆ, ਤੇ ਉਹ ਜਦੋਂ ਕਿਉਂਕਿ ਮੋਸਟਲੀ ਉਹ ਲੈ ਕੇ ਖੜੇ ਹੁੰਦੇ ਨਾ ਵੀ, ਉਹ ਬਾਈ ਲੇਟ ਹੋ ਗਿਆ ਥੋੜਾ ਜਿਹਾ। ਅੱਛਾ, ਉਹ ਅਸਲ ਚ ਹੁੰਦਾ ਜਿਵੇਂ ਆਪਾਂ ਫਿਲਮਾਂ 'ਚ ਦੇਖਦੇ ਹੁੰਦੇ ਸੀ, ਫਿਲਮਾਂ 'ਚ ਉਹ ਮੇਰੇ ਨਾਲ ਵਾਪਰੀ ਘਟਨਾ, ਮੈਂ ਕਿਤੇ ਫਿਲਮਾਂ ਲਈ ਹੋਈ ਉਹ ਚੀਜ਼ ਹੈਗੀ ਆ, ਤੇ ਉਹ ਐਂ ਦਾ ਵੀ ਪਤਾ ਲੱਗ ਗਿਆ ਤਾਂ ਫਿਰ ਉਹਨਾਂ ਨੂੰ ਲੈਂਗੁਏਜ ਨਹੀਂ, ਲੈਂਗੁਏਜ ਦਾ ਚੱਕਰ ਚੱਲ ਰਿਹਾ ਹੁੰਦਾ, ਤਾਂ ਉਹ ਬੰਦਾ ਬਾਈ ਲੇਟ ਹੋ ਗਿਆ ਮੇਰੀ, ਚਲੋ ਕਾਲ ਤੇ ਗੱਲ ਹੋਈ, ਕਹਿੰਦਾ ਮੈਂ ਆ ਗਿਆ। ਤੇ ਜਦੋਂ ਮੈਂ ਉਹਦੇ ਇੱਥੇ ਲੋਗੋ ਜਿਹਾ ਪੜਿਆ, ਸਫਾਰੀ ਸੂਟ ਜਿਹਾ ਪਾਇਆ ਸੀ ਬਾਈ ਦਾ, ਬਾਡੀ ਬਿਲਡਰ ਪੂਰਾ, ਤੇ ਉਹਨੇ ਲਿਖਿਆ ARR, ਮੈਂ ਕਿਹਾ ਬਾਈ ਤੁਸੀਂ ਮਿਲੇ ਹੋ ਰਹਿਮਾਨ ਸਾਹਿਬ ਨੂੰ? ਹਾਂਜੀ। ਕਹਿੰਦਾ ਬਾਈ ਮੈਂ ਮਤਲਬ ਇੱਕ ਦੋ ਵਾਰੀ ਜਦੋਂ ਉਹਨਾਂ ਦਾ ਪਰਸਨਲ ਡਰਾਈਵਰ ਨਹੀਂ ਹੁੰਦਾ ਫਿਰ ਮੈਂ ਜਾਂਦਾ ਹੁੰਦਾ, ਮੈਂ ਕਿਹਾ ਚਲੋ ਇਹ ਵੀ ਠੀਕ ਆ। ਰਾਤ ਦੇ ਵਜੇ ਸੀ ਮੇਰੇ ਦਾ, 1:30 ਵਜੇ ਆਉਣਾ, ਤਾਂ ਮੈਨੂੰ ਹੋਟਲ ਦੇ ਵਿੱਚ ਲੈ ਕੇ ਗਿਆ, ਤੇ ਹੋਟਲ ਤੋਂ ਉਹਨੇ ਮੇਰਾ ਉਹਨਾਂ ਦੀ ਘਰ ਦੀ ਗਲੀ ਸੀ, ਉਹਦੇ ਬਾਹਰ ਹੀ ਬਿਲਕੁਲ ਹੋਟਲ ਸੀਗਾ, ਮੈਨੂੰ ਕਹਿੰਦਾ ਤੁਹਾਨੂੰ ਘਰ ਵਿਖਾ ਹੀ ਲਿਆਉਣਾ, ਤੁਸੀਂ ਸਵੇਰੇ ਜਾਣਾ ਹੋਊਗਾ। ਸੋ ਮੈਨੂੰ ਘਰੇ ਗਿਆ, ਮੈਂ ਵੀਡੀਓ ਵੂਡੀਓ ਬਣਾਈ ਰਹਿਮਾਨ ਸਾਹਿਬ ਦੇ ਘਰ ਦੀ ਬਾਹਰੋਂ ਹੀ ਗੱਡੀ 'ਚ ਬੈਠੇ ਨੇ, ਤੇ ਮੈਂ ਫਿਰ ਮੈਨੂੰ ਉਹਨੇ ਹੋਟਲ 'ਚ ਲਾਤਾ। ਚਲੋ ਜੀ ਨੀਂਦ ਤਾਂ ਮੈਨੂੰ ਲੱਗਦਾ ਵੀ ਮੈਂ 2-3 ਘੰਟੇ ਮਸਾਂ ਸੁੱਤਾਂਗਾ, ਤੜਕੇ ਫਿਰ ਉਹ ਠੀਕ ਬੰਨ ਕੇ ਪੱਗ ਆਪਾਂ ਤਿਆਰ ਹੋ ਗਏ, ਪਤਾ ਨਹੀਂ ਕਦੋਂ ਕਾਲ ਆ ਸਕਦੀ, ਰਿਆਜ਼ ਰਿਊਜ਼ ਕਰ ਲਿਆ 2-2.5 ਘੰਟੇ ਦਾ। ਤੇ ਲਓ ਜੀ 12:00 ਵਜੇ ਮੈਨੂੰ ਕਾਲ ਆਈ, ਕਹਿੰਦੇ ਆਓ। ਫਿਰ ਉਸ ਰੱਬੀ ਰੂਹ ਦੇ ਉਦੋਂ ਦਰਸ਼ਨ ਹੋਏ, ਤੇ ਫਿਰ ਬਸ 3 ਦਿਨ ਉਹਨਾਂ ਦੇ ਕੋਲੇ ਰਿਹਾ, ਫਿਰ ਜੋ ਤੁਸੀਂ ਫਿਲਮ ਦੇ ਵਿੱਚ ਦੇਖਿਆ।
ਨਹੀਂ ਉਹ ਮੈਂ ਬਿਲਕੁਲ। ਇਹ ਗੱਲ ਮੈਂ ਹਜੇ ਰੌਲਾ ਇਹ ਸਾਲ ਪਿਛਲੇ ਸਾਲ ਰਿਕਾਰਡ ਹੋ ਚੁੱਕਿਆ ਸੀ ਹਾਂਜੀ ਯਾਰ, ਹਾਂਜੀ ਹਾਂਜੀ ਮੈਂ ਰੌਲਾ ਤਾਂ ਨਹੀਂ ਪਾਇਆ, ਮੈਂ ਕਿਹਾ ਯਾਰ ਵੱਡੇ ਬੰਦੇ ਨੇ ਕੀ ਪਤਾ ਮੇਰੀ ਆਵਾਜ਼ ਕੱਟ ਕੇ ਕਿਸੇ ਹੋਰ ਹਾਂ ਚੰਗੇ ਦੀ ਵੀ ਆ ਲੈਣ ਦੋ, ਆ ਲੈਣ ਦੋ, ਸੋ ਹੁਣ ਆ ਗਿਆ ਤੇ ਹੁਣ ਆਪਾਂ ਨੂੰ ਕੋਈ ਦਿੱਕਤ ਨਹੀਂ। ਨਹੀਂ ਫਿਰ ਤਾਂ ਦੇਖੋ ਤੁਹਾਨੂੰ ਸ਼ੂਟ ਵੀ ਹੋਇਆ ਨਾ ਤੁਹਾਡਾ, ਹਾਂ ਉਹ ਸ਼ੂਟ ਮਲੇਰਕੋਟਲਾ ਸ਼ੂਟ ਪੰਜਾਬ ਦੇ ਚ ਵਿੱਚ ਹੀ ਆਲਮੋਸਟ ਕੁਛ ਕੁ ਗੋਰੇਗਾਂ ਉੱਥੇ ਬੰਬੇ ਸੈਟ ਲੱਗਿਆ ਫਿਲਮ ਦਾ, ਤੇ ਬਾਕੀ 80-85% ਜਿਹੜੀ ਪੰਜਾਬ ਦੇ ਵਿੱਚ ਸ਼ੂਟ ਪੰਜਾਬ 'ਚ ਹੋਈ ਸ਼ੂਟ ਹੋਈ। ਹਾਂ ਹੋਰ ਕਿਸੇ ਕਲਾਕਾਰ ਨਾਲ ਮਿਲਣ ਦਾ ਮੌਕਾ ਮਿਲਿਆ ਹੋਵੇ ਜਿਵੇਂ ਦਲਜੀਤ ਹੋਣੀ ਜਾਂ ਕਲਾਕਾਰ? ਹਾਂਜੀ ਮੈਂ ਦਲਜੀਤ ਦੁਸਾਂਝ, ਪਰਨੀਤੀ ਚੋਪੜਾ ਸੀ, ਮਤਲਬ ਮੈਨੂੰ ਇੱਕ ਇੱਕ ਟਾਈਮ ਅਸੀਂ ਲੰਚ ਇਕੱਠਿਆਂ ਨੇ ਕੀਤਾ ਸੀ ਅੱਛਾ ਉੱਥੇ ਸਿੰਗਰ ਮਿਲੇ ਭੈਣ ਦੀ ਬਦੌਲਤ, ਅਸੀਂ ਇਮਤਿਆਜ਼ ਅਲੀ ਸਰ ਤੇ ਮੈਂ ਪਰਨੀਤੀ ਚੋਪੜਾ ਦਲਜੀਤ ਅਸੀਂ ਸਾਰੇ ਇੱਕ ਸੈੱਟ ਤੇ ਇਕੱਠੇ, ਮੈਂ ਦੋ ਤਿੰਨ ਵਾਰੀ ਮਿਲਿਆ ਮਤਲਬ ਉਹਨਾਂ ਨੂੰ, ਤੇ ਹਾਲਾਂਕਿ ਮੈਂ ਕਦੇ ਮੇਰਾ ਸੁਭਾਅ ਨਹੀਂ ਹੈਗਾ ਮੈਂ ਕਹਾਂ ਮੇਰੇ ਨਾਲ ਫੋਟੋ ਕਰਾ ਲਓ ਜਾਂ ਮੈਂ ਅੱਛਾ ਉਵੇਂ, ਮੈਨੂੰ ਪਤਾ ਹੁੰਦਾ ਆਰਟਿਸਟ ਕਿੰਨਾ ਬਿਜ਼ੀ ਹੈ, ਸੋ ਉਹ ਤਾਂ ਆਮ ਜਾਮ 'ਚ ਪਹਿਲਾਂ ਲੋਕੀ ਤੰਗ ਕਰਨ ਵਾਲੇ ਬੜੇ ਹੁੰਦੇ ਉਹਨਾਂ ਨੂੰ, ਸੋ ਆਪਾਂ ਉਹ ਥੋੜ੍ਹਾ ਜਿਹਾ ਪਿੱਛੇ ਹੀ ਰਹੀਦਾ ਇਸ ਕੰਮ ਤੋਂ ਵੀ, ਮੈਂ ਸਮਝਦਾ ਕਿਉਂਕਿ ਮੈਂ ਆਪ ਇੱਕ ਆਰਟਿਸਟ ਹਾਂ ਨਾ ਇਸ ਚੀਜ਼ ਨੂੰ, ਤੇ ਫੋਟੋ ਫੋਟੋ ਹਜੇ ਨਾ ਮੈਂ ਕੋਈ ਕਰਾਈ ਹੈ। ਹਾਂ ਮੇਰੀ ਇੱਛਾ ਸੀਗੀ ਮੈਂ ਰਹਿਮਾਨ ਸਾਹਿਬ ਨਾਲ ਫੋਟੋ ਕਰਾਵਾਂ ਮੈਂ 3 ਦਿਨ, ਕਿਉਂਕਿ ਉਹਨਾਂ ਦੇ ਨਾਲ ਰਿਹਾ ਮੁੜ ਕੇ, ਉਸ ਤੋਂ ਬਾਅਦ ਹਜੇ ਸਬੱਬ ਨਹੀਂ ਬਣਿਆ, ਤੇ ਪ੍ਰੀਮੀਅਰ ਦੇ ਵੀ ਮੈਨੂੰ ਉਹਨਾਂ ਨੇ ਬੁਲਾਇਆ ਸੀਗਾ ਖੈਰ, ਤੇ ਮੈਂ ਐਡੀ ਸਬਾਬਾ ਮੇਰਾ ਸਟੇ ਸੀ, ਮੈਂ ਇੱਧਰ ਨੂੰ ਕੈਨੇਡਾ ਵੱਲ ਨੂੰ ਚਾਲੇ ਪਾਤੇ ਸੀਗੇ, ਅੱਛਾ ਜੀ, ਤੇ ਤਾਂ ਕਰਕੇ ਉਹਨਾਂ ਨਾਲ ਹਜੇ ਦੁਬਾਰਾ ਮਿਲਾਪ ਨਹੀਂ ਹੋਇਆ, ਤੇ ਵਾਹਿਗੁਰੂ ਕਰੇ ਵੀ ਜਲਦੀ ਉਹਨਾਂ ਨਾਲ ਵੀ ਮਿਲੀਏ। ਉਹਨਾਂ ਨਾਲ ਮੇਰੀ ਦਿਲੀ ਇੱਛਾ ਸੀਗੀ ਵੀ ਉਹਨਾਂ ਨਾਲ ਮੈਂ ਇੱਕ ਫੋਟੋ ਫੋਟੋ ਕਰਾਵਾਂ, ਪਰ ਉਹ ਰਹਿ ਗਈ ਹਜੇ ਜੀ, ਮਿਊਜ਼ਿਕ ਦੇ ਕਰਕੇ ਇੱਕ ਪਿਆਰ ਪਿਆ ਹੋਇਆ। ਹਾਂ ਉਹ ਕਿਉਂਕਿ ਦੇਖੋ ਜਿਹੜਾ ਸੰਗੀਤ ਨਾਲ ਬੰਦਾ ਜੁੜਿਆ ਨਾ, ਉਹ ਚਾਹੇ ਸੁਣਦਾ ਆ ਜਾਂ ਗਾਉਂਦਾ ਆ ਜਾਂ ਕੋਈ ਇੰਸਟਰੂਮੈਂਟ ਪਲੇ ਕਰਦਾ, ਉਹ ਰਹਿਮਾਨ ਸਾਹਿਬ ਨੂੰ ਪਿਆਰ ਕਰਦਾ, ਉਹ ਲੈਜੈਂਡ ਮੰਨਦਾ ਉਹਨਾਂ ਨੂੰ। ਜੀ ਤੇ ਹਰੇਕ ਆਰਟਿਸਟ ਦਾ ਸੁਪਨਾ ਕੀ ਹੁੰਦਾ ਵੀ ਬੱਚੇ ਹੁਣ ਮੇਰੇ ਕੋਲ ਵੀ ਸਿੱਖਣ ਆਉਂਦੇ ਨੇ ਨਾ, ਜਾਂ ਮੈਂ ਪੰਜਾਬ 'ਚ ਸੀ ਜਦੋਂ ਅਸੀਂ, ਸਾਡਾ ਸਾਰਿਆਂ ਦਾ ਗਰੁੱਪ ਸੀ ਸਾਡਾ ਗਾਉਣ ਵਾਲਿਆਂ ਦਾ, ਸਾਡਾ ਇਹ ਸੁਪਨਾ ਹੁੰਦਾ ਸੀ ਯਾਰ ਅਸੀਂ ਕਿਸੇ ਰਿਐਲਿਟੀ ਸ਼ੋਅ 'ਚ ਜਾਈਏ, ਉੱਥੇ ਜਾ ਕੇ ਅਸੀਂ ਚਲੋ ਸੈਮੀ ਫਾਈਨਲ ਫਾਈਨਲ ਤੱਕ ਜੇ ਟਿਕੇ ਤਾਂ ਰਹਿਮਾਨ ਸਾਹਿਬ ਉੱਥੇ ਜਜਮੈਂਟ ਉੱਤੇ ਹੋਣ ਜਾਂ ਉਹ ਐਜ਼ ਅ ਗੈਸਟ ਆਏ ਹੋਣ, ਤਾਂ ਉਹਨਾਂ ਦੀ ਨਿਗਾਹ ਕਿਤੇ ਸਾਡੇ ਤੇ ਪੈ ਜਾਏ, ਸਾਡੀ ਆਵਾਜ਼ ਸੁਣ ਲੈਣ, ਸਾਨੂੰ ਮੌਕਾ ਦੇਣ ਫਿਲਮ ਦੇ ਵਿੱਚ ਗਾਉਣ ਦਾ, ਤਾਂ ਮੇਰੇ ਨਾਲ ਉਹ ਚਲੋ ਸਿੱਧੇ ਤੌਰ ਤੇ ਆਪਾਂ ਕਹਿ ਲਈਏ ਵੀ ਉਹ ਚੀਜ਼ ਵਾਪਰ ਗਈ, ਤੇ ਮਤਲਬ ਮੈਂ ਸਮਝਦਾ ਵੀ ਪੰਜਾਬ 'ਚ ਬਹੁਤ ਸਾਰੇ ਦਿੱਗਜ ਕਲਾਕਾਰ ਨੇ, ਬਹੁਤ ਸੁਰੀਲੇ ਕਲਾਕਾਰ ਫਨਕਾਰ ਹੈਗੇ ਨੇ। ਮੈਨੂੰ ਇਹ ਵੀ ਸੁਣਨ 'ਚ ਆਇਆ ਵੀ ਰਾਜਵੀਰ ਜਵੰਦਾ ਨੂੰ ਵੀ ਕਾਲ ਕੀਤੀ ਗਈ ਸੀ, ਉਹਨਾਂ ਨੂੰ ਵੀ ਸੁਣਿਆ ਗਿਆ, ਜਿਹੜਾ ਗਾਣਾ ਮੈਂ ਗਾਇਆ ਠੀਕ, ਉਹ ਪਹਿਲਾਂ ਰਾਜਵੀਰ ਜਵੰਦਾ ਸ਼ਾਇਦ ਗਾ ਰਹੇ ਸੀ ਜੇ ਮੈਂ ਗਲਤ ਨਾ ਹੋਵਾਂ, ਮੈਨੂੰ ਇਹ ਇਨਫੋਰਮੇਸ਼ਨ ਮਿਲੀ ਸੀ, ਤੇ ਪਤਾ ਨਹੀਂ ਰੱਬੀਆਂ ਹੁਣ, ਉਹ ਵੀ ਬਹੁਤ ਵੱਡਾ ਨਾਮ ਹੈ ਰਾਜਵੀਰ ਜਵੰਦਾ, ਉਹਨਾਂ ਉਹ ਵੀ ਵਧੀਆ ਗਾਉਂਦੇ ਨੇ, ਮਤਲਬ ਹੋਰ ਵੀ ਬੜੇ ਕਲਾਕਾਰ ਨੇ, ਤੋ ਮੈਨੂੰ ਚੁਣਿਆ ਗਿਆ ਵੀ ਮੈਂ, ਮੇਰੇ ਭਾਗ ਚੰਗੇ ਆ, ਮੇਰੇ ਕਰਮ ਚੰਗੇ ਆ, ਮੈਂ ਸਮਝਦਾ ਇਹ ਗੱਲ ਸਹੀ। ਮਤਲਬ ਫਿਰ ਉਦੋਂ ਬਾਅਦ ਲੱਗਿਆ ਵੀ ਤੁਹਾਨੂੰ ਵੀ ਹਾਂਜੀ ਹੁਣ ਕੰਮ ਜਿਹਾ ਸੂਤ ਆ ਗਿਆ ਵੀ ਹੁਣ ਗੱਲ ਬਣ ਗਈ, ਮਨ 'ਚ ਬੰਦੇ 'ਤੇ ਆਉਂਦਾ ਹੁੰਦਾ ਨਾ ਵੀ ਹਾਂਜੀ ਹੁਣ। ਨਹੀਂ ਮੈਂ ਮੇਰਾ ਮੇਰਾ ਸੁਭਾਅ ਤੁਹਾਨੂੰ ਮੈਂ ਦੱਸਦਾ ਵੀ ਮੈਂ ਜਿਹੜੀ ਹੈ ਸਕਸੈਸ ਨੂੰ ਕਦੇ ਵੀ ਇੱਥੇ ਨਹੀਂ ਰੱਖਦਾ, ਜਾਂ ਮੈਂ ਉਸ ਤੋਂ ਬਾਅਦ ਥੋੜ੍ਹਾ ਜਿਹਾ ਹੰਕਾਰ ਜੇ ਚਾਹ ਲੂੰਗਾ ਜਾਂ ਪਰਮਾਤਮਾ ਵੱਲੋਂ ਹੀ ਹੈ, ਮੈਂ ਕੋਈ ਆਪਦੀ ਵਡਿਆਈ ਨਹੀਂ ਕਰਦਾ ਵੀ ਮੈਨੂੰ ਲੱਗਦਾ ਵੀ ਹਰੇਕ ਆਰਟਿਸਟ ਨੂੰ, ਮੈਂ ਇੱਕ ਗੱਲ ਸੁਣੀ ਸੀ ਵੀ ਕਹਿੰਦੇ ਕਲਾਕਾਰ ਦੇ ਹੱਥ ਹਮੇਸ਼ਾ ਜੁੜੇ ਹੀ ਚੰਗੇ ਲੱਗਦੇ ਆ, ਜੇ ਉਹ ਐਂ ਕਰੋ ਵੱਢ ਦਾਂਗੇ ਟੁੱਕ ਦਿਆਂਗੇ, ਜਿਵੇਂ ਆਪਾਂ ਹੁਣ ਦਲਜੀਤ ਸਰ ਨੂੰ ਦੇਖ ਸਕਦੇ ਹਾਂ ਵੀ ਉਹਨਾਂ ਨੇ ਕਿੱਦਾਂ ਹੈ ਨਾ ਹੱਥ ਜੋੜ ਜੋੜ ਕੇ ਕੋਈ ਵੀ ਗੱਲ ਹੋਣੀ ਬਸ ਉਹਨਾਂ ਨੇ ਇੱਦਾਂ ਹੀ। ਬਿਲਕੁਲ ਬਿਲਕੁਲ ਬਿਲਕੁਲ, ਮਤਲਬ ਜਿਹੜਾ ਆਰਟਿਸਟ ਹੈ ਨਾ ਉਹਦੇ ਅੰਦਰ ਕਲਾ ਉਹਨੂੰ ਇੰਨਾ ਅੰਦਰ ਨਾਲ ਜੋੜ ਦਿੰਦੀ ਹੈ, ਇੰਨਾ ਡਾਊਨ ਟੂ ਅਰਥ ਕਰ ਦਿੰਦੀ ਆ ਵੀ ਫਿਰ ਉਹਦਾ ਜੀ ਨਹੀਂ ਕਰਦਾ। ਪਰ ਤੁਹਾਨੂੰ ਲੱਗਦਾ ਮੈਂ ਮਤਲਬ ਆਪਣੇ ਬਹੁਤ ਹੀ ਮੰਨੇ ਪਰਮੰਨੇ ਗਾਇਕ ਨੇ ਪੰਜਾਬ ਦੇ, ਸਾਰਾ ਪੰਜਾਬ ਉਹਨਾਂ ਦੀ ਰਿਸਪੈਕਟ ਕਰਦਾ, ਮੈਂ ਉਹਨਾਂ ਦੀਆਂ ਪਿੱਛੇ ਜੇ ਕਾਫੀ ਇੰਟਰਵਿਊਆਂ ਸੁਣੀਆਂ, ਮੈਨੂੰ ਮਤਲਬ ਉਹਨਾਂ ਨੂੰ ਸੁਣਨਾ ਚੰਗਾ ਲੱਗਦਾ, ਮੈਂ ਨਾਮ ਤਾਂ ਨਹੀਂ ਲਊਂਗਾ 'ਚ ਸੁਣਨਾ ਚੰਗਾ ਲੱਗਦਾ, ਅਤੇ ਉਹਨਾਂ ਦੀ ਮੈਂ ਕਾਫੀ ਇੰਟਰਵਿਊਆਂ 'ਚ ਇਹ ਕੰਕਲੂਜ਼ਨ ਕੱਢਿਆ ਵੀ ਉਹ ਕਿਤੇ ਨਾ ਕਿਤੇ ਇਹ ਮੰਨਦੇ ਨੇ ਵੀ ਯਾਰ ਖੁਦ ਦੀ ਤਾਰੀਫ ਕਰਨੀ ਨਾ, ਖੁਦ ਨੂੰ ਗਲੋਰੀਫਾਈ ਕਰਨਾ ਥੋੜ੍ਹਾ ਜਿਹਾ ਚਾਹੀਦਾ,
ਮੈਂ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਵੀ ਹਾਂ ਖੁਦ ਦੀ ਥੋੜ੍ਹੀ ਮੋਟੀ ਤਾਰੀਫ ਕਰਨੀ, ਖੁਦ ਦਾ ਦੱਸਣਾ ਵੀ ਹਾਂ ਯਾਰ ਮੈਂ ਇੱਦਾਂ ਉਹ ਦੇਖੋ ਜੇ ਜੇ ਹੋਰ ਹੋਰ ਕੋਈ ਤੁਹਾਡੀ ਤਾਰੀਫ ਕਰੇ ਮੈਨੂੰ ਲੱਗਦਾ ਉਹ ਜ਼ਿਆਦਾ ਉਹਦੇ ਨਾਲੋਂ ਬੈਟਰ ਹੁੰਦੀ ਹੈ ਹਾਂ ਹਨਾ, ਵੀ ਜੇ ਕੋਈ ਕਿਤੇ ਚਾਰ ਬੰਦਿਆਂ 'ਚ ਬਹਿ ਕੇ ਤੁਹਾਨੂੰ ਕੋਈ ਸਿਆਣੀ ਨਹੀਂ ਤੁਹਾਡੀ ਕਰ ਹਾਂ ਰਹੇ, ਫਿਰ ਤੁਸੀਂ ਆਪਦਾ ਪੱਖ ਜਿਹਾ ਵੀ ਰੱਖ ਸਕਦੇ ਹੋ ਕਿਤੇ ਨਾ ਕਿਤੇ, ਹਾਂ ਹੁਣ ਸੇਫ ਸਾਈਡ ਹੋ ਗਈ ਆ ਤੁਸੀਂ ਹਾਂਜੀ ਖੇਡਦੇ ਆ ਤੇ, ਪਰ ਇਹ ਮਤਲਬ ਉਸ ਤਰ੍ਹਾਂ ਨਹੀਂ ਵੀ ਮੈਂ ਨਹੀਂ, ਮਤਲਬ ਉਦਾਂ ਵੈਸੇ ਵੀ ਮੈਂ ਹਾਂਜੀ ਮੈਂ ਆਹ ਸਿੱਖਿਆ ਸੀ ਤੇ ਮੈਂ ਇਦਾਂ ਗਾਇਆ ਤੇ ਮੈਂ ਉਹਨੂੰ ਇਦਾਂ ਲਿਖਿਆ ਜੀ ਜੀ ਤੇ ਮੈਂ ਮਤਲਬ ਇਸ ਤਰ੍ਹਾਂ ਮੈਂ ਲਿਆਉਣੀ ਆ ਆਪਣੇ ਆਪ ਦੇ ਵਿੱਚ ਉਹਨੂੰ ਆਪਾਂ ਮਾਣ ਕਹਿ ਸਕਦੇ ਹਾਂ। ਮਾਣ ਕਰਨਾ ਹਾਂ ਹੈ ਇਸ ਤਰ੍ਹਾਂ ਜਿਵੇਂ ਜੈਜ਼ੀ ਵੀ, ਮੈਂ ਡਿਊਰਿੰਗ ਸ਼ੋਅ ਜਦੋਂ ਅਸੀਂ ਸੀਗੇ ਸਾਰੇਗਾਮਾ ਪਾ ਦੇ ਵਿੱਚ ਹਨਾ, ਤਾਂ ਜੈਜ਼ੀ ਵੀ ਸਰ ਉਹ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਵੀ, ਮਾਣਕ ਸਾਹਿਬ ਇੱਕ ਗੱਲ ਕਹਿੰਦੇ ਸੀ ਤੇ ਉਹ ਸਾਨੂੰ ਜੈਜ਼ੀ ਵੀ ਸਾਨੂੰ ਸੁਣਾਉਂਦੇ ਹੁੰਦੇ ਸੀਗੇ ਵੀ ਜੇ ਕਹਿੰਦੇ ਵੀ ਤੁਸੀਂ ਉਹ ਗਾਲ ਕੱਢ ਕੇ ਕਹਿੰਦੇ ਹੁੰਦੇ ਸੀ ਮਾਣਕ ਸਾਹਿਬ ਵੀ ਭੈਣ ਦੇ ਯਾਰ ਉਹ ਵੀ ਜੇ ਤੁਸੀਂ ਆਪਦੇ ਤੇ ਨਹੀਂ ਮਾਣ ਕਰਨਾ ਤੇ ਤੁਹਾਡੇ ਤੇ ਕਿਹਨੇ ਕਰਨਾ ਹਾਂ ਹਨਾ, ਵੀ ਜੇ ਅਸੀਂ ਆਪਦੇ ਆਪ ਨੂੰ ਸੈਲਫ ਲਵ ਸੈਲਫ ਕੌਨਫੀਡੈਂਸ ਇੱਕ ਸੈਲਫ ਹੋਣਾ ਚਾਹੀਦਾ। ਕੌਨਫੀਡੈਂਸ ਹਾਂ ਜੇ ਤੁਸੀਂ ਨਹੀਂ ਆਪਦੇ ਤੇ ਕਰੋਗੇ ਤਾਂ ਫਿਰ ਉਹ ਗੱਲ ਠੀਕ ਵੀ ਹੈ ਵੀ ਫਿਰ ਜਦੋਂ ਤੁਹਾਨੂੰ ਆਪਣੇ ਆਪ ਤੇ ਹੈ ਨਹੀਂ ਤੇ ਲੋਕੀ ਲੋਕਾਂ ਤੋਂ ਕੀ ਐਕਸਪੈਕਟ ਕੀ ਕਰਦੇ ਵੀ ਉਹ ਐਕਸਪੈਕਟ ਸਾਡੇ ਤੋਂ ਕਰਨ ਹਾਂਜੀ। ਹਨਾ, ਤਾਂ ਇਹ ਵੀ ਕਿਤੇ ਨਾ ਕਿਤੇ ਹੋਣੀ ਬਾਕੀ ਚਾਹੀਦੀ। ਜਿਵੇਂ ਆਪਾਂ ਸ਼ਾਹਰੁਖ ਖਾਨ ਨੂੰ ਵੀ ਦੇਖਦੇ ਹਾਂ ਨਾ, ਉਹ ਉਹਨਾਂ ਦਾ ਵੀ ਬਾਰ ਬਾਰ ਕਹਿਣਾ ਵੀ ਮੇਰੇ ਤੋਂ ਵੱਡਾ ਕੋਈ ਨਹੀਂ, ਵੀ ਮਤਲਬ ਮੈਂ ਇੰਡਸਟਰੀ ਦੇ ਵਿੱਚ ਮੈਨੂੰ ਲੱਗਦਾ ਨਹੀਂ ਦੂਆ ਸੁਪਰ ਸਟਾਰ ਆਊਗਾ ਜਾਂ ਇੱਦਾਂ ਤਾਂ ਨਾ, ਉਹ ਚੀਜ਼ਾਂ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਇੱਕ ਤਰ੍ਹਾਂ ਡਾਇਰੈਕਟਲੀ ਕੰਟੈਕਟ ਕੀਤਾ ਉਹਦੇ ਨਾਲ ਉਸ ਗੱਲ ਨਾਲ ਵੀ ਹਾਂ ਵੀ ਇਹ ਬੰਦੇ ਵੀ ਹਾਂ ਯਾਰ ਇਹ ਸਾਰਿਆਂ ਨੂੰ ਵੱਡੇ ਨੇ ਅਸਲ 'ਚ, ਇਦੋਂ ਵਗੈਰ ਸੱਚੀ ਕੋਈ ਨਹੀਂ ਆ ਸਕਦਾ ਹੈ ਨਾ, ਉਹ ਮਤਲਬ ਬੰਦਾ ਲੋਕਾਂ ਦੇ ਜ਼ਿਹਨ 'ਚ ਉਹ ਗੱਲ ਆਉਣੀ ਸ਼ੁਰੂ ਹੋ ਜਾਂਦੀ ਵੀ ਯਾਰ ਹਾਂ ਸ਼ਾਇਦ ਇਦੋਂ ਵਧੀਆ ਹੈ ਹੀ ਨਹੀਂ ਕੋਈ ਹੈ ਨਾ। ਪਰ ਤੁਸੀਂ ਇੱਕ ਪੱਖ ਦੇਖੋ, ਉਹ ਵੀ ਸ਼ਾਹਰੁਖ ਖਾਨ ਇਮਤਿਆਜ਼ ਅਲੀ ਨੂੰ ਕਹਿ ਰਿਹਾ ਵੀ ਜੇ ਤੂੰ ਚਮਕੀਲਾ ਬਣਾਉਣੀ ਹੈ ਤਾਂ ਦਲਜੀਤ ਤੋਂ ਵੱਡਾ ਕੋਈ ਕਲਾਕਾਰ ਨਹੀਂ, ਕਲਾਕਾਰ ਨਹੀਂ ਹਾਂਜੀ ਇਹ ਗੱਲ ਵੀ ਕਹੀ ਤੇ ਉਹਨਾਂ ਨੇ। ਤੁਸੀਂ ਦੇਖੋ ਵੀ ਉਹ ਮਤਲਬ ਇੱਕ ਇੱਕ ਤੁਹਾਡਾ ਕਰੈਕਟਰ ਬਿਲਡ ਵੀ ਕਰ ਰਿਹਾ ਵੀ ਤੁਹਾਨੂੰ ਹਾਂਜੀ ਆਪਣੇ ਆਪ ਤੇ ਮਾਣ ਹੋਣਾ ਚਾਹੀਦਾ, ਤੁਹਾਨੂੰ ਇਹ ਲੈਸਨ ਵੀ ਦੇ ਰਿਹਾ, ਪਰ ਇੱਕ ਸੱਚਾ ਕਲਾਕਾਰ ਕੀ ਹੈ ਦੂਜੇ ਕਲਾਕਾਰ ਦੀ ਸਿਫਤ ਕਰਨੀ ਜਿੱਥੇ ਉਹ ਵਧੀਆ ਕੰਮ ਕਰਦਾ ਉਹਨੂੰ ਬਾਕੀ ਇੱਕ ਲੈਵਲ ਤੇ ਬੈਠ ਕੇ ਇਹ ਗੱਲਾਂ ਹੋ ਸਕਦੀਆਂ ਹਨਾ, ਵੀ ਜੋ ਬੰਦਾ ਕਿਸੇ ਲੈਵਲ ਤੇ ਪਹੁੰਚ ਕੇ ਉਦੋਂ ਬਾਅਦ ਕਹਿੰਦਾ ਬੰਦਾ ਸੋਹਣਾ ਵੀ ਲੱਗਦਾ ਇਹ ਗੱਲਾਂ। ਅੱਜ ਕੱਲ੍ਹ ਨਾ ਦੇਖੋ ਕਲਾਕਾਰਾਂ ਦੇ ਵਿੱਚ, ਚਲੋ ਆਪਾਂ ਤਾਂ ਹਜੇ ਉਸ ਲੈਵਲ ਤੇ ਨਹੀਂ ਪਹੁੰਚੇ, ਪਰ ਇਹ ਜਿਵੇਂ ਹੁਣ ਆਪਾਂ ਕਹਿ ਲਈਏ ਵੀ ਮੂਸੇਵਾਲੇ ਦੀ ਬੱਬੂ ਮਾਨ ਨਾਲ ਕਿਸੇ ਟਾਈਮ ਤਾਂ ਅਸਲ ਚੱਲਦੀ ਹੁੰਦੀ ਸੀ। ਮੈਂ ਨਾ ਸੱਚ ਤੈਨੂੰ ਦੱਸਾਂ ਨਾ, ਮੈਂ ਗੱਡੀ ਚਾਹੁੰਦਾ ਤਾਂ ਸੋਚ ਰਿਹਾ ਸੀ, ਮੈਂ ਕਿਹਾ ਵੀ ਤੁਸੀਂ ਵੀ ਆਪਾਂ ਆਪ ਤੁਹਾਡੀ ਲਾਈਨ 'ਚ ਵੀ ਕਾਫੀ ਕਲਾਕਾਰ ਹੈਗੇ ਆ ਪੰਜਾਬ ਤੋਂ, ਵੀ ਤੁਸੀਂ ਉਹਨਾਂ ਨਾਲ ਮਾੜਾ ਮੋਟਾ ਛੇੜ ਲਓ ਪੰਗਾ, ਡਾਕਟਰ ਸਤਿੰਦਰ ਸਰਤਾਜ ਹੁਣੀ ਹੈਗੇ ਨੇ ਉਹਨਾਂ ਨੂੰ ਮਾੜਾ ਮੋਟਾ ਵੀ ਹਾਂਜੀ ਆਪਾਂ ਵੀ ਗਾਉਂਦੇ ਹਾਂ ਇੱਦਾਂ ਉੱਦਾਂ। ਮੈਂ ਇੱਕ ਵੀਡੀਓ ਪਾਈ ਸੀਗੀ ਬੜੀ ਵਾਇਰਲ ਹੋਈ, ਉਹਦੇ ਤੇ ਮਤਲਬ ਲੋਕਾਂ ਨੇ ਥੋੜਾ ਨੈਗੇਟਿਵ ਕਮੈਂਟ ਵੀ ਕੀਤੇ ਵੀ, ਉਹ ਇਹ ਸੀਗੀ ਗੁਲਾਮ ਅਲੀ ਜੀ ਦੀ ਗਜ਼ਲ ਹੈ ਵੀ ਪਤਾ ਲੱਗਾ ਮੈਨੂੰ ਹੁੰਦੀ ਕੀ ਜੁਦਾਈ ਜਦੋਂ ਦਾ ਮੇਰਾ ਮਾਹੀ ਰੁੱਸਿਆ। ਹਾਂਜੀ ਉਹ ਬਿਲਕੁਲ ਹੂ ਕੰਪੋਜੀਸ਼ਨ ਜਿਹੜੀ ਸਰਤਾਜ ਭਾਈ ਨੇ ਕਾਪੀ ਕੀਤੀ ਹੋਈ ਹੈ ਉਡਾਰੀਆਂ ਦੇ ਨਾਲ, ਹਾਂ ਉਡਾਰੀਆਂ ਗਾਣਾ ਤੁਸੀਂ ਸੁਣਿਆ ਹਾਂਜੀ, ਤਾਂ ਉਹ ਕਹਿੰਦੇ ਵੀ ਨਹੀਂ ਐ ਫਲਾਣਾ, ਉਹ ਬੜਾ ਲੋਕਾਂ ਨੇ ਵੀ ਚਲੋ ਬਣਾਇਆ, ਪਰ ਮੈਂ ਕਿਉਂਕਿ ਗੁਲਾਮ ਅਲੀ ਸਾਹਿਬ ਨੇ ਤਾਂ 20 ਸਾਲ ਪਹਿਲਾਂ ਗਾਈ ਹੈ ਹਾਂਜੀ, ਤੇ ਸਰਤਾਜ ਜੀ ਨੇ 4 ਸਾਲ ਪਹਿਲਾਂ ਆਈ ਹੈ ਹਾਂਜੀ, ਤਾਂ ਆਬਵੀਅਸਲੀ ਉਹਨਾਂ ਨੇ ਸੁਣ ਕੇ ਉਹਨੂੰ ਕਾਪੀ ਕੀਤਾ ਹੈ, ਸਾਰੇ ਸੁਣਦੇ ਆ ਹਨਾ, ਤਾਂ ਉਹ ਚਲੋ ਮਾੜੀ ਗੱਲ ਨਹੀਂ ਹੁੰਦੀ। ਮਤਲਬ ਇੱਕ ਤਰ੍ਹਾਂ ਦਾ ਕਈ ਵਾਰ ਇਹ ਹੁੰਦਾ ਨਾ ਆਪਾਂ ਨੂੰ ਹਿੱਟ ਕਰ ਜਾਂਦੀ ਚੀਜ਼ ਸੋਹਣੀ ਲੱਗਦੀ ਵੀ ਯਾਰ ਮੈਂ ਵੀ ਇਹਦੇ ਵਿੱਚ ਕੁਝ ਬਣਾ ਦੂੰਗਾ ਨਾ, ਉਹਨੂੰ ਆਪਾਂ ਮੇਰੇ ਹਿਸਾਬ ਨਾਲ ਕਾਪੀ ਵੀ ਕਹਿ ਨਹੀਂ ਸਕਦੇ, ਕਾਪੀ ਨਹੀਂ ਕਹਿ ਸਕਦੇ, ਚਲੋ ਮੈਂ ਉਹ ਗੱਲ ਮੈਂ ਮੰਨ ਵੀ ਲਈ ਸੀ, ਮੈਂ ਸ਼ਬਦ ਜਿਹੜਾ ਉੱਤੇ ਟਾਈਟਲ ਗਲਤ ਲਿਖ ਬੈਠਾ। ਅੱਛਾ ਅੱਛਾ ਜੀ, ਤੁਸੀਂ ਉਦਾਂ ਲਿਖਤਾ ਸੀ, ਮੈਂ ਟਾਈਟਲ ਗਲਤ ਲਿਖਤਾ ਸੀ, ਉਹ ਮੈਂ ਚਲੋ ਮੰਨ ਵੀ ਲਿਆ ਸੀਗਾ ਵੀ ਠੀਕ ਹੈ, ਪਰ ਉਹ ਚੰਗੀ ਚੀਜ਼ ਦੀ ਕਾਪੀ ਕਰਨਾ ਕੋਈ ਮਾੜੀ ਗੱਲ ਨਹੀਂ। ਤੇ ਰਹਿ ਗਈ ਗੱਲ ਤਸਲ ਦੀ, ਹੁਣ ਪੁਰਾਣੇ ਤੇ ਹੁਣ ਵਾਲੇ ਕਲਾਕਾਰਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਇੱਕ ਵਾਰੀ ਕਹਿੰਦੇ ਵੀ ਮਹਿੰਦੀ ਹਸਨ ਸਾਹਿਬ ਤੁਸੀਂ ਗੱਲਾਂ ਸੁਣਦੇ ਹੋ, ਹਾਂਜੀ ਮੈਂ ਹੁਣ ਰੀਸੈਂਟਲੀ ਇਹ ਚੀਜ਼ਾਂ ਸ਼ੁਰੂ ਕੀਤੀਆਂ ਆਪਦੇ ਆਪ 'ਚ ਹੈ ਨਾ। ਮੈਂ ਤੁਹਾਨੂੰ ਗੱਲ ਦੱਸਦਾ, ਗਜ਼ਲ ਦੇ ਕਿੰਗ ਨੇ ਜਿਹੜੇ ਮਹਿੰਦੀ ਹਸਨ ਖਾਨ ਸਾਹਿਬ ਪਾਕਿਸਤਾਨ ਤੋਂ ਲੈਂਦੇ ਪੰਜਾਬ ਤੋਂ, ਹਾਂਜੀ, ਤੇ ਗੁਲਾਮ ਅਲੀ ਖਾਨ ਸਾਹਿਬ ਵੀ ਉੱਥੋਂ ਹੀ ਨੇ, ਤੇ ਗੁਲਾਮ ਅਲੀ ਖਾਨ ਸਾਹਿਬ ਮਹਿੰਦੀ ਹਸਨ ਸਾਹਿਬ ਨੂੰ ਆਪਦਾ ਮੈਂਟਰ ਮੰਨਦੇ ਸੀ, ਹਾਲਾਂਕਿ ਮੈਨੂੰ ਲੱਗਦਾ ਵੀ ਸਿੱਖੇ ਨਹੀਂ ਹੋਣੇ, ਪਰ ਜਿਵੇਂ ਆਪਾਂ ਸੁਣ ਕੇ ਹੁਣ ਉਸ ਸਾਹਿਬ ਨੂੰ ਅਸੀਂ ਸਾਰਿਆਂ ਦਾ ਮੈਂਟਰ ਮੰਨਦੇ ਹਾਂ ਮਿਊਜ਼ਿਕ ਵਾਲੇ, ਠੀਕ ਹੈ। ਤੇ ਗੁਲਾਮ ਅਲੀ ਉਹਨਾਂ ਨੇ ਕੀ ਕੀਤਾ ਵੀ ਇੱਕ ਥਾਂ ਤੇ ਉਹ ਮਤਲਬ ਡਰਿੰਕ ਕਰਕੇ ਪਰਫਾਰਮ ਕਰਨ ਚਲੇ ਗਏ ਮਹਿੰਦੀ ਹਸਨ ਖਾਨ ਸਾਹਿਬ, ਤੇ ਲੋਕਾਂ ਨੂੰ ਮਤਲਬ ਪਤਾ ਲੱਗ ਗਿਆ ਵੀ ਮਹਿੰਦੀ ਹਸਨ ਸਾਹਿਬ ਨੇ ਵੀ ਡਰਿੰਕ ਕੀਤਾ ਹੋਇਆ, ਤੇ ਉਹਨਾਂ ਨੇ ਉਸ ਤੋਂ ਬਾਅਦ ਮਤਲਬ
ਮਤਲਬ ਬੜਾ ਉਹਨਾਂ ਦਾ ਜਿਹੜਾ ਸ਼ੋਅ ਡਾਊਨ ਗਿਆ ਤੇ ਉਹਨਾਂ ਨੂੰ ਸ਼ੋਅ ਮਿਲਣੇ ਬੰਦ ਹੋ ਗਏ। ਲਾਈਕ ਉਹ ਬੜੀ ਚਰਚਿਤ ਗੱਲ ਰਹੀ ਸੀ ਉਸ ਸਮੇਂ ਤੇ। ਗੁਲਾਮ ਅਲੀ ਖਾਨ ਸਾਹਿਬ ਹੁਣ ਉਹਨਾਂ ਦੇ ਮੈਂਟਰ ਸੀਗੇ, ਉਹ ਕਹਿੰਦੇ ਵੀ ਐਂ ਕਿਵੇਂ ਯਾਰ ਕੀ ਹੋ ਗਿਆ ਹਾਂਜੀ ਵੀ ਗੁਲਾਮ ਅਲੀ, ਉਦੋਂ ਮਤਲਬ ਇੱਕ ਦੂਜੇ ਦੇ ਪ੍ਰਤੀ ਪਿਆਰ ਦੀ ਮੈਂ ਇਹਦੇ 'ਚ ਗੱਲ ਕਰਦਾ ਉਹ ਮੈਂ ਠੀਕ ਹਾਂਜੀ। ਤੇ ਗੁਲਾਮ ਅਲੀ ਖਾਨ ਸਾਹਿਬ ਨੇ ਉਹ ਤੋਂ ਬਾਅਦ ਗਜ਼ਲ ਕੱਢੀ, ਹੰਗਾਮਾ ਹੈ ਕਿਉਂ ਬਰਕਾ ਬਰਪਾ, ਥੋੜੀ ਸੀ ਜੋ ਪੀ ਲਈ ਹੈ, ਡਾਕਾ ਤੋਂ ਨਹੀਂ ਡਾਲਾ, ਚੋਰੀ ਤੋਂ ਨਹੀਂ ਕੀ ਹੈ। ਹਾਂਜੀ ਮਤਲਬ ਉਹ ਐਂ ਜਵਾਬ ਦਿੰਦੇ ਸੀ ਫਿਰ ਵੀ ਠੀਕ ਮੇਰੇ ਮੈਂਟਰ ਨੂੰ ਵੀ ਮੇਰਾ ਭਾਵੇਂ ਮਤਲਬ ਸੀਨੀਅਰ ਵੀ ਹੈ ਤੇ ਮੇਰਾ ਕਲੀਗ ਵੀ ਹੈ, ਮਤਲਬ ਮੇਰਾ ਕੰਪੀਟੀਟਰ ਵੀ ਹੈ, ਪਰ ਤੁਸੀਂ ਉਹਨੂੰ ਐਂ ਨਹੀਂ ਕਹਿ ਸਕਦੇ ਗਲਤ ਨਹੀਂ ਹੈ ਸਰ ਹਨਾ। ਪਰ ਅੱਜ ਤੁਸੀਂ ਦੇਖ ਲਓ ਵੀ ਕਿੰਨਾ ਕੁਛ ਚੱਲਦਾ। ਚਲੋ ਜੀ ਇਹ ਤਾਂ ਨਾ ਆਣ ਨੂੰ ਕਿਉਂ ਹੈ ਨਾ ਇੱਦਾਂ, ਆਈ ਥਿੰਕ ਮੇਰਾ ਹੁਣ ਥੋੜ੍ਹਾ ਜਿਹਾ ਲੋਕਾਂ ਦੇ ਵਿੱਚ ਪੇਸ਼ੈਂਸ ਦੀ ਕਮੀ ਹੋ ਗਈ ਹੈ ਨਾ, ਥੋੜ੍ਹਾ ਜਿਹਾ ਬਿਲਕੁਲ ਕਾਫੀ ਚੀਜ਼ਾਂ ਦਾ ਹੋ ਗਿਆ, ਬਹੁਤ ਕੁਛ ਤੇਜ਼ੀ ਨਾਲ ਵੱਧ ਰਿਹਾ ਹੈ, ਮਿਊਜ਼ਿਕ ਵੀ ਮਿਊਜ਼ਿਕ ਵੀ ਹਾਂ ਤੇ ਕਿੰਨਾ ਜ਼ਿਆਦਾ। ਪਰ ਹੁਣ ਜਿੱਦਾਂ ਹੁਣ ਚਲੋ ਆਪਾਂ ਮਿਊਜ਼ਿਕ ਦੀ ਗੱਲ ਕਰ ਲੈਂਦੇ ਹਾਂ, ਜਿਹੜਾ ਹੁਣ ਨਵਾਂ ਮਿਊਜ਼ਿਕ ਆ ਰਿਹਾ ਅੱਜ ਕੱਲ੍ਹ, ਹਿਪ ਹੋਪ ਆ ਰਿਹਾ, ਆ ਲੋਕ ਰੈਪ ਕਰ ਰਹੇ ਨੇ ਹੈ ਨਾ, ਅਤੇ ਹੁਣ ਤਾਂ ਆਪਣੇ ਪੰਜਾਬ 'ਚ ਵੀ ਤੁਸੀਂ ਵੀਡੀਓ ਦੇਖੀ ਹੋਣੀ, ਮੈਂ ਦੇ ਰਿਹਾ ਟਿਕਟੋਕ 'ਤੇ, ਉਹ ਆ ਗਿਆ ਕਲਚਰ ਜਿਹਾ ਖੜੇ, 10 ਮੁੰਡੇ ਰੈਪ ਕਰ ਰਹੇ ਨੇ ਹੈ ਨਾ, ਉਹ ਉਹਨੂੰ ਕਿੱਦਾਂ ਦੇਖਦੇ ਹੋ, ਉਸ ਮਿਊਜ਼ਿਕ ਨੂੰ ਕਿੱਦਾਂ ਦੇਖਦੇ ਹੋ? ਕੁਛ ਬੰਦੇ ਤਾਂ ਮੈਂ ਹਵਾ 'ਚ ਤੀਰ ਛੱਡੀ ਜਾਂਦੇ ਆ, ਕੁਛ ਕੁ ਚੰਗਾ ਮਿਊਜ਼ਿਕ ਵੀ ਕਰ ਰਹੇ ਹੈਗੇ ਉਸ ਫੀਲਡ ਦੇ ਵਿੱਚ, ਜਿਵੇਂ ਆਪਾਂ ਕਹਿ ਲਈਏ ਵੀ ਮੈਨੂੰ ਅਰਜਨ ਢਿੱਲੋਂ ਵਧੀਆ ਲੱਗਦਾ ਆ। ਹਾਂਜੀ ਠੀਕ ਹੈ, ਅਰਜਨ ਅਰਜਨ ਢਿੱਲੋਂ ਦੇ ਗੀਤ ਬਹੁਤ ਚੰਗੇ ਹੁੰਦੇ ਆ, ਨਿਰਵੈਰ ਪੰਨੂ ਹੋ ਗਿਆ, ਲਾਈਕ ਕਾਈਂਡ ਆਫ ਉਦਾਂ ਦੀ ਥੋੜ੍ਹਾ ਜਿਹਾ ਮੈਨੂੰ ਠੀਕ ਲੱਗਦਾ, ਮਤਲਬ ਸੁਰੀਲੇ ਨੇ ਆਰਟਿਸਟ ਬੇਸਿਕਲੀ ਆਪਾਂ ਗੱਲ ਕਰੀਏ ਵੀ, ਰੈਪ ਵੀ ਯਾਰ ਇੱਕ ਸੁਰ 'ਚ ਰਹਿ ਕੇ ਕੀਤਾ ਜਾਂਦਾ ਨਾ, ਇਹ ਤਾਂ ਨਹੀਂ ਵੀ ਬੇਸੁਰਾ ਵੀ ਮੂੰਹ ਕੋਈ ਗਾ ਦੂਗਾ ਚਾਰ ਲਾਈਨਾਂ ਜੋੜ ਕੇ। ਪਰ ਉਹ ਇੱਕ ਮਤਲਬ ਜਿਹੜੇ ਬੰਦੇ ਨੂੰ ਸੁਣਨਾ ਗਾਉਣਾ ਨਹੀਂ ਆਉਂਦਾ, ਤਾਂ ਉਹਦੇ ਲਈ ਇੱਕ ਸੌਖਾ ਤਰੀਕਾ ਵਾ ਵੀ ਉਹ ਆਪਦੇ ਜੇ ਉਹਦੇ ਉਹ ਲਿਖ ਸਕਦਾ ਤਾਂ ਉਹਨੂੰ ਰੈਪ ਰੈਪ ਕਰ ਲਵੇ, ਬਸ ਇਹ ਚੀਜ਼ ਆ। ਰੈਪ ਵੀ ਮੈਨੂੰ ਲੱਗਦਾ ਵੀ ਚਲੋ ਇਹ ਸੌਫਟਵੇਅਰਾਂ ਨੇ ਬਹੁਤ ਕੁਝ ਸੌਖਾ ਕਰਤਾ, ਪਰ ਚੰਗਾ 뮤직 ਬਣਨਾ ਬੰਦ, ਮਤਲਬ ਮੈਨੂੰ ਐ ਲੱਗਦਾ ਵੀ ਬਹੁਤ ਘਟ ਗਿਆ ਰੂਹ ਨੂੰ ਸਕੂਨ ਜੀ ਦੇਣਾ। ਕਿਉਂਕਿ ਦੇਖੋ ਤੁਸੀਂ ਮਤਲਬ ਜਿਹੜਾ ਤਾਮ ਜਾਮ ਡਿਸ਼ੂ ਡਿਸ਼ੂ ਜੀ ਹੁੰਦੀ ਆ 뮤직 ਦੇ ਵਿੱਚ, ਇਦਾਂ ਦਾ ਸੁਣਨ ਵਾਲੇ ਵੀ ਜ਼ਿਆਦਾ ਹੋ ਗਏ, ਬਣਾਉਣ ਵਾਲਿਆਂ ਦੀ ਗਿਣਤੀ ਵੀ ਜ਼ਿਆਦਾ ਹੋ ਗਈ ਤੇ ਵਿਊਜ਼ ਦੀ ਗਿਣਤੀ ਵੀ ਇਹਨਾਂ ਦੀ ਜ਼ਿਆਦਾ ਹੋ ਗਈ। ਹੁਣ ਇੱਕ ਪਾਸੇ ਡਾਕਟਰ ਸਤਿੰਦਰ ਸਰਤਾਜ ਨੇ, ਕਿੰਨੀ ਮਿਹਨਤ ਆ ਉਸ ਬੰਦੇ ਦੀ ਹਨਾ, ਉਹ ਇੱਕ ਗਾਣੇ ਨੂੰ ਮਤਲਬ ਮੈਨੂੰ ਲੱਗਦਾ ਵੀ ਗਾਣੇ ਤੇ ਘੱਟੋ ਘੱਟ 6 ਮਹੀਨੇ ਲਾਉਂਦੇ ਆ, ਕੰਮ ਕਰਦੇ ਆ ਉਹਦੇ ਤੇ, ਫਿਰ ਇੱਕ ਗਾਣਾ ਤਿਆਰ ਹੁੰਦਾ। ਠੀਕ ਹੈ, ਤੇ ਮਤਲਬ ਉਹ ਗਾਣੇ ਨੂੰ 1-2 ਮਿਲੀਅਨ ਵਿਊ ਹੁੰਦੇ ਆ, ਤੇ ਜਿਹੜਾ ਕੋਈ ਗਾਣੇ ਦਾ ਟੋਕੀ ਨਹੀਂ ਬਣਦੀ ਹੁੰਦੀ ਤੇ ਉਹਨੂੰ ਮਤਲਬ 10-10, 20-20 ਮਿਲੀਅਨ ਵਿਊ ਹੁੰਦੇ ਆ, ਤਾਂ ਸਾਡੀ ਜਿਹੜੀ ਮਾਨਸਿਕ ਹਾਲਤ ਮੈਨੂੰ ਲੱਗਦਾ ਵੀ ਮਿਊਜ਼ੀਕਲੀ ਬਹੁਤ ਡਾਊਨ ਗਈ ਹੈ ਪਿਛਲੇ 10 ਕੁ ਸਾਲਾਂ ਦੇ ਵਿੱਚ। ਠੀਕ, ਮਤਲਬ ਹਾਂਜੀ ਇਹ ਗੱਲ ਮੰਨ ਸਕਦੇ ਹਾਂ, ਬਟ ਚੱਲ ਹੀ ਇਹ ਕੁਛ ਰਿਹਾ। ਮੈਂ ਵੀ ਆਸੇ ਪਾਸੇ ਜੋ ਆਪਾਂ ਦੇਖਦੇ ਹੁੰਦੇ ਹਾਂ ਨਾ, ਜਿਹਨਾਂ ਦੇ ਰੀਲਾਂ ਬਣਦੀਆਂ, ਹੁਣ ਤਾਂ ਮਤਲਬ ਕਹਿ ਲਓ ਵੀ ਟਿਕਟੋਕ ਰੀਲ ਇੱਕ ਨਵਾਂ ਪਲੇਟਫਾਰਮ ਬਣ ਗਿਆ ਵੀ ਜੀ, ਉਹਦੇ 'ਤੇ ਗਾਣਾ ਚੱਲ ਗਿਆ ਤਾਂ ਚੱਲ ਗਿਆ। ਗੱਲ ਵੀ ਇਹੀ ਆ, ਕਈ ਵਾਰ ਗਾਣੇ ਨੂੰ 1 ਲੱਖ ਵਿਊ ਹੁੰਦਾ, ਬਟ ਉਹਦੀ ਕੋਈ ਇੱਦਾਂ ਦੀ ਲਾਈਨ ਹਿੱਟ ਹੋ ਗਈ ਇੰਸਟਾ 'ਤੇ ਜਾਂ ਰੀਲਾਂ 'ਤੇ ਚੱਲ ਗਈ, ਫਿਰ ਉਹ ਗਾਣਾ ਮਿਲੀਅਨਸ 'ਚ ਚਲਾ ਜਾਂਦਾ ਦਿਨਾਂ 'ਚ ਹੀ। ਸੋ ਅਣ ਨੂੰ ਹੁਣ ਇੱਦਾਂ ਦਾ ਹੀ ਚੱਲ ਰਿਹਾ, ਲਿਖਿਆ ਵੀ ਇੱਦਾਂ ਦਾ ਹੀ ਜਾ ਰਿਹਾ ਅਤੇ ਲੋਕ ਸੁਣ ਵੀ ਹੋ ਰਹੇ ਨੇ। ਥੋੜ੍ਹਾ ਇਹ ਵੀ ਨਾ, ਜਿਵੇਂ ਹੁਣ ਮੇਰੇ ਵਰਗੇ ਯੰਗ ਮੁੰਡੇ ਨੇ ਜੀ, ਮੈਨੂੰ ਲੱਗਦਾ ਮੈਂ ਇਸ ਗੱਲ ਦਾ ਇੱਕ ਦਿਨ ਸੋਚ ਰਿਹਾ ਸੀ, ਮੇਰੇ ਹਿਸਾਬ ਨਾਲ ਇਹ ਚੀਜ਼ ਹੋਈ ਆ ਵੀ ਜਿਵੇਂ ਹੁਣ ਮੇਰੇ ਵਰਗੇ ਯੰਗ ਮੁੰਡੇ ਨੇ, ਅਸੀਂ ਕਦੇ ਕਿਤਾਬਾਂ ਨਹੀਂ ਪੜ੍ਹੀਆਂ, ਅਸੀਂ ਪੁਰਾਣਾ ਮਿਊਜ਼ਿਕ ਨਹੀਂ ਸੁਣਿਆ, ਗਜ਼ਲਾਂ ਨਹੀਂ ਸੁਣੀਆਂ, ਤਾਂ ਅਸੀਂ ਬਹੁਤ ਹਲਕੇ ਅੰਦਰੋਂ, ਤਾਂ ਅਸੀਂ ਕਿੰਨਾ ਗੱਲਾਂ ਰਿਲੇਟ ਕਰਾਂਗੇ ਵੀ ਸਾਡੀ ਪਿੰਡ ਜ਼ਮੀਨ ਚੱਕਤਾ ਰੱਖਤਾ ਐਂ ਕਹਿੰਦੇ ਜਿਉਂ ਕਰਦਾ ਹੈ ਨਾ। ਹੁਣ ਜਿਵੇਂ ਸਤਿੰਦਰ ਸਰਤਾਜ ਨੂੰ ਸੁਣਨ ਲੱਗ ਜਾਈਏ ਤਾਂ ਉਹਨਾਂ ਦੇ ਕਈ ਗਾਣੇ ਇੱਦਾਂ ਦੇ ਨੇ ਜਿਹੜਾ ਸੁਣ ਕੇ ਆਪਾਂ ਸਮਝ ਤਾਂ ਹੀ ਨਹੀਂ, ਸਵਾਜਾਂ ਨਹੀਂ ਆ ਉੱਤੋਂ ਲੰਘੇ ਹੈ ਨਾ, ਅਤੇ ਫਿਰ ਉਸ ਕਰਕੇ ਫਿਰ ਮੇਰੇ ਹਿਸਾਬ ਨਾਲ ਆਪਾਂ ਉਹਨਾਂ ਚੀਜ਼ਾਂ ਨਾਲ ਜ਼ਿਆਦਾ ਕਨੈਕਟ ਕਰ ਜਾਂਦੇ ਹਾਂ। ਇਹ ਵੀ ਹੋ ਸਕਦਾ ਸੀ ਪੜ੍ਹਨਾ ਪੜ੍ਹਨੋਂ ਹਟ ਗਏ, ਠੀਕ ਹੈ ਬੇਸਿਕ, ਮੈਂ ਕਹਿੰਦਾ ਪੜ੍ਹੋ ਵੀ ਨਾ,
ਤੁਸੀਂ ਚੰਗਾ ਮਿਊਜ਼ਿਕ ਲਿਟਰੇਚਰ ਜਿਹੜਾ ਹੈਗਾ ਆ ਮਿਊਜ਼ਿਕ ਦੇ ਵਿੱਚ, ਜਿਵੇਂ ਬਾਬਾ ਬੁੱਲੇ ਸ਼ਾਹ ਦੇ ਕਲਾਮ ਜਾਂ ਚੰਗੇ ਆਰਟਿਸਟਾਂ ਨੇ ਇੰਨਾ ਕਮਾਲ ਦਾ ਕੰਮ ਕੀਤਾ ਹੋਇਆ, ਤੁਸੀਂ ਪਾਕਿਸਤਾਨੀ ਚੱਕ ਲਓ, ਹਿੰਦੁਸਤਾਨੀ ਚੱਕ ਲਓ, ਮਤਲਬ ਹਨਾ, ਤੁਸੀਂ ਆਪਦੇ ਫੋਕ ਹੀ ਸੁਣਨਾ ਸ਼ੁਰੂ ਕਰ ਦਿਓ, ਤੁਹਾਨੂੰ ਉਹਦੇ 'ਚ ਬੜਾ ਕੁਛ ਮਿਲ ਜਾਣਾ ਆ, ਹਨਾ। ਹੁਣ ਸ਼ਾਹ ਹੁਸੈਨ, ਬਾਬਾ ਬੁੱਲੇ ਸ਼ਾਹ ਜਾਂ ਬਾਬਾ ਫਰੀਦ ਸਾਹਿਬ ਦੇ ਸਲੋਕ ਤੁਸੀਂ ਪੜ੍ਹ ਲਓ, ਜਾਂ ਕਬੀਰ ਸਾਹਿਬ, ਤੇ ਕਬੀਰ ਸਾਹਿਬ ਦੇ ਬੜੇ ਕਮਾਲ ਦੇ ਨੇ, ਮਤਲਬ ਤੁਸੀਂ ਜੇ ਸੁਣੋਗੇ ਤਾਂ ਇੱਕ ਤਾਂ ਤੁਹਾਡੀ ਜ਼ਿੰਦਗੀ ਨੂੰ ਇੰਨਾ ਸੂਦਿੰਗ ਕਰਦੇ ਨੇ, ਇੰਨਾ ਸਮੂਥ ਕਰ ਦੇਣਗੇ ਨਾ, ਔਰ ਤੁਹਾਨੂੰ ਰਿਲੈਕਸ ਕਰ ਦੇਣਗੇ ਬਿਲਕੁਲ, ਮਤਲਬ ਇੱਕ ਜ਼ਿੰਦਗੀ ਦੇ ਪੱਖ ਤੋਂ ਵੀ ਤੁਸੀਂ ਮਤਲਬ ਫੋਕਸਡ ਹੋ ਜਾਓਗੇ ਤੇ ਕਲੀਅਰ ਹੋ ਜਾਓਗੇ, ਠੀਕ ਹੈ, ਤੇ ਇੱਕ ਤੁਹਾਡੇ ਅੰਦਰ ਗਿਆਨ ਭਰਨਾ ਸ਼ੁਰੂ ਹੋ ਜਾਊਗਾ ਕਿ ਜੀ ਮੈਂ ਸੁਣਨਾ ਕੀ ਹੈ, ਮੈਨੂੰ ਚਾਹੀਦਾ ਕੀ ਹੈ ਅਸਲ ਦੇ ਵਿੱਚ, ਤੇ ਉਸ ਕਿਉਂਕਿ ਹਜੇ ਤਾਂ ਸਾਨੂੰ ਮਤਲਬ ਉੱਪਰ ਉੱਪਰ ਜੀ ਮਿਊਜ਼ਿਕ ਆਪਾਂ ਡੂੰਘੇ ਤਾਂ ਗਏ ਨਹੀਂ ਨਾ ਹਜੇ, ਜਿਵੇਂ ਕਹਿ ਲਈਏ ਘੜੇ ਦੇ ਵਿੱਚ ਹਜੇ ਤਾਂ ਡੂੰਘਾ ਹੱਥ ਮਾਰਿਆ ਹੀ ਨਹੀਂ, ਮਾਰੇ ਨਹੀਂ, ਤਾਂ ਬਹੁਤ ਕੁਛ ਖਜ਼ਾਨਾ ਪਿਆ ਇਹਦੇ ਵਿੱਚ, ਮਤਲਬ ਸੁਣਨ ਵਾਲਾ ਹਜੇ, ਮੈਂ ਕਹਿੰਦਾ ਠੀਕ ਪੜ੍ਹੋ ਵੀ ਨਾ, ਸਿਰਫ ਸੁਣਨਾ ਹੀ ਸ਼ੁਰੂ ਕਰ ਦਈਏ ਆਪਾਂ ਚੰਗਾ ਮਿਊਜ਼ਿਕ, ਤੇ ਬਹੁਤ ਕਮਾਲ ਹੋ ਜੂਗੀ। ਸਹੀ ਹੈ ਜੀ। ਸੋ ਆਪਾਂ ਹੁਣ ਥੋੜ੍ਹਾ ਜਿਹਾ ਤੁਹਾਡੇ ਗੀਤਾਂ ਵੱਲ ਆਈਏ, ਤੁਸੀਂ ਲਿਖਦੇ ਵੀ ਹੋ? ਨਹੀਂ ਮੈਂ ਲਿਖਦਾ ਨਹੀਂ, ਮਤਲਬ ਮੇਰੇ ਕੋਲੇ ਰੱਬ ਦੀ ਕਿਰਪਾ ਦੇ ਨਾਲ ਚੰਗੇ ਚੰਗੇ ਲਿਖਾਰੀ ਹੈਗੇ ਆਪਣੇ ਕੋਲੇ, ਅੱਛਾ ਜੀ, ਜਿਹੜੇ ਮੇਰੇ ਵਾਸਤੇ ਬੜੇ ਸੋਹਣੇ ਸੋਹਣੇ ਗੀਤ ਲਿਖ ਕੇ ਦਿੰਦੇ ਨੇ। ਖੁਦ ਪ੍ਰੋਪਰ ਗੀਤ ਨਹੀਂ ਲਿਖਿਆ ਕੋਈ? ਮੈਂ ਖੁਦ ਕੋਸ਼ਿਸ਼ ਕੀਤੀ ਸੀ ਪਰ ਹਜੇ ਮੈਂ ਉਹ ਕਦੇ ਰਿਵੀਲ ਨਹੀਂ ਕੀਤਾ, ਮੈਂ ਇੱਕ ਤਾਂ ਚੰਗਾ ਲਿਖੂੰਗਾ, ਚੰਗਾ ਪਹਿਲਾਂ ਪੜ੍ਹੂੰਗਾ, ਹਾਂਜੀ, ਚੰਗਾ ਸੁਣੂੰਗਾ, ਫਿਰ ਕਿਤੇ ਚੰਗਾ ਲਿਖੂੰਗਾ, ਫਿਰ ਦੱਸੂੰਗਾ। ਤੇ ਪੜ੍ਹਨਾ ਜ਼ਰੂਰੀ ਹੈ ਲਿਖਣ ਲਈ? ਮੈਨੂੰ ਲੱਗਦਾ ਵੀ ਪੜ੍ਹਨਾ ਪੈਂਦਾ ਹੈ ਜੇ ਤੁਸੀਂ ਲਿਖਣਾ ਆ ਚੰਗੇ, ਪਹਿਲਾਂ ਤੁਹਾਡੇ ਤੁਹਾਡੇ ਵਾਸਤੇ ਜਿਹੜੇ ਗਾਡੀ ਰਾਹ ਤੁਹਾਡਾ ਬਣਾ ਗਏ ਆ ਚੰਗੇ ਰਾਈਟਰ ਨੇ, ਉਹਨਾਂ ਨੂੰ ਪੜ੍ਹੋ ਵੀ ਉਹਨਾਂ ਨੇ ਪਹਿਲਾਂ ਉਹਨਾਂ ਨੇ ਕੀ ਪੜ੍ਹਿਆ ਆ, ਫਿਰ ਉਹਨਾਂ ਨੂੰ ਪੜ੍ਹੋ ਤੇ ਫਿਰ ਕਿਤੇ ਜਾ ਕੇ ਤੁਸੀਂ ਲਿਖਣ ਜੋਗੇ ਹੁੰਦੇ ਹੋ। ਅੱਛਾ, ਪ੍ਰਮਾਤਮਾ ਦੀ ਕਿਰਪਾ, ਚਲੋ ਉਹ ਗੱਲ ਤੇ ਆਪਾਂ ਆਈਏ, ਵੀ ਜਿਵੇਂ ਹੁਣ ਗਵਈਆ ਆ, ਇੱਕ ਗਵਈਆ ਧੁਰੋਂ ਹੀ ਤਿਆਰ ਹੋ ਕੇ ਆਉਂਦਾ, ਉਹ ਨੈਚੁਰਲ ਗਾਈ ਜਾਂਦੇ ਨੇ, ਇੱਕ ਨੂੰ ਤਿਆਰੀ ਕਰਨੀ ਪੈਂਦੀ ਹੈ, ਇੱਕ ਨੂੰ ਸਿੱਖਣਾ ਲਿਖਾਇਆ ਪੈਂਦਾ, ਉਵੇਂ ਜਿੱਦਾਂ ਤੇ ਪ੍ਰਮਾਤਮਾ ਦੀ ਕਿਰਪਾ ਉਹ ਨਿੱਕਾ ਜਿਹਾ ਜਵਾਕ ਵੀ ਬਹੁਤ ਸੋਹਣੀ ਤੁਕਬੰਦੀ ਕਰ ਸਕਦਾ, ਤੇ ਮੇਰੇ ਵਰਗਾ ਜਿਵੇਂ ਹੋ ਗਿਆ ਹਨਾ, ਉਹਨੂੰ ਹਜੇ ਨਹੀਂ ਵੱਲ ਆਉਂਦਾ, ਤਾਂ ਉਹਨੂੰ ਸਿੱਖਣਾ ਪੈਣਾ ਪ੍ਰੋਪਰ, ਉਹਦੀ ਲਿਪੀ ਨੂੰ ਸਮਝਣਾ ਪੈਣਾ, ਵੀ ਬੈਰ ਨੂੰ ਸਮਝਣਾ ਪੈਣਾ। ਕਈ ਵਾਰ ਲਿਖਣ ਲੱਗੇ ਮਤਲਬ ਆਪਾਂ ਤੁਕਬੰਦੀ ਕਰ ਲੈਂਦੇ ਆ ਨਾ, ਹਾਸਾ ਮਜ਼ਾਕ ਵੀ ਕਈ ਬੰਦੇ ਬਹੁਤ ਸੋਹਣਾ ਕਰ ਲੈਂਦੇ ਆ, ਗੱਲਾਂ ਜੋੜ ਲੈਂਦੇ ਆ, ਬਟ ਫਿਰ ਕਈ ਵਾਰ ਲਿਖਣ ਲੱਗੇ ਸ਼ਬਦਾਂ ਦੀ ਕਮੀ ਪੈ ਜਾਂਦੀ ਆ, ਫਿਰ ਉਹਦੇ ਲਈ ਪੜ੍ਹਨਾ ਤਾਂ ਪੈਂਦਾ ਕਿਤੇ ਨਾ ਤੁਹਾਡੇ ਅੰਦਰ, ਹਾਂਜੀ, ਜਿੰਨਾ ਤੁਹਾਡੇ ਕੋਲ ਸ਼ਬਦ ਹੋਣਗੇ ਉਹਨਾਂ ਤੁਸੀਂ ਖੇਡ ਸਕਦੇ ਹੋ। ਸੋ ਆਪਾਂ ਥੋੜ੍ਹਾ ਜਿਹਾ ਹੁਣ ਫਿਰ ਮਿਊਜ਼ੀਕਲ ਹੀ ਹੋਈਏ ਮਾੜਾ ਜਿਹਾ, ਤੁਹਾਡਾ ਇੱਕ ਗਾਣਾ ਮੈਂ ਜਿਹੜਾ ਮੈਨੂੰ ਵਧੀਆ ਲੱਗਦਾ ਮੈਂ ਸੁਣਿਆ ਸੀਗਾ ਹੈ ਨਾ, ਪੰਜਾਬ ਦਾ ਸੱਭਿਆਚਾਰ, ਸੱਭਿਆਚਾਰ, ਹਾਂਜੀ, ਪੰਜਾਬ ਦਾ ਸੱਭਿਆਚਾਰ, ਉਹ ਜੇ ਹੋ ਜੇ ਥੋੜ੍ਹਾ ਜਿਹਾ। ਹਾਂ ਜ਼ਰੂਰ ਸੁਣਾਉਣੇ ਬਾਈ, ਜ਼ਰੂਰ ਜ਼ਰੂਰ। ਉਹ ਗਾਣਾ ਮਤਲਬ ਮੈਨੂੰ ਲੱਗਦਾ ਵੀ ਪਰਸਨਲੀ ਉਹ ਗਾਣੇ ਨੇ ਮੇਰੀ ਥੋੜ੍ਹੀ ਬਹੁਤ ਜਿੰਨੀ ਵੀ ਪੰਜਾਬ ਦੇ ਵਿੱਚ ਪਛਾਣ ਬਣੀ ਹੈ, ਮੈਨੂੰ ਕੰਮ ਮਿਲਣਾ ਸ਼ੁਰੂ ਹੋਇਆ, ਮੇਰੇ ਖਾੜੇ ਲੱਗਣੇ ਸ਼ੁਰੂ ਹੋਏ ਆ, ਹਾਂਜੀ, ਉਸ ਇਸ ਗਾਣੇ ਤੋਂ ਜਿਹੜਾ ਸੁਣਾਉਣ ਲੱਗਿਆ ਤੁਹਾਨੂੰ, ਠੀਕ ਹੈ। ਸੱਭਿਆਚਾਰ ਪੰਜਾਬ ਦਾ ਜੀ ਫੜ ਖੁੰਝੇ ਲਾਇਆ।
ਕਿਆ ਬਾਤ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਬਹੁਤ ਘੱਟ ਮਤਲਬ ਜਿਹੜੇ ਸਿੱਖੇ ਹੋਏ ਨੇ ਉਹਨਾਂ ਨੂੰ ਲਾਈਵ ਸੁਣਿਆ, ਬਟ ਆਪਾਂ ਤੁਸੀਂ ਹੁਣ ਭਾਜੀ ਉਹਨਾਂ ਜੀ ਯੂਟਿਊਬ 'ਤੇ ਵੀ ਜਦੋਂ ਸੁਣੋਗੇ ਵੀਰ ਨੂੰ, ਹੈ ਨਾ, ਤਾਂ ਮਤਲਬ ਉਹ ਸਵਾਦ ਨਹੀਂ ਆਉਣਾ ਤੁਹਾਨੂੰ ਜਿਹੜਾ ਕੋਲੇ ਬਹਿ ਕੇ ਲਾਈਵ ਆਉਂਦਾ। ਮਤਲਬ ਆਹ ਤਾਂ ਡਿਫਰੈਂਟ ਹੀ ਰੰਗ ਆ ਜੀ, ਸਵਾਦ ਆ ਗਿਆ। ਲਾਈਵ ਦਾ ਵੱਖਰਾ ਹੈ, ਹਾਂਜੀ ਲਾਈਵ ਗਾਉਣ ਦਾ ਵੀ ਸਵਾਦ ਵੱਖਰਾ ਹੈ, ਲਾਈਵ ਸੁਣਨ ਦਾ ਵੀ ਵੱਖਰਾ ਹੈ। ਹਾਂ ਨਹੀਂ, ਹੁਣ ਹੁਣ ਮੈਨੂੰ ਕੋਲੇ ਬਹਿ ਕੇ ਲੱਗਦਾ ਵੀ ਹਾਂਜੀ ਕਿਆ ਤਾਰਾਂ ਜੁੜ ਰਹੀਆਂ ਨੇ। ਬਹੁਤ ਵਧੀਆ ਜੀ। ਇੱਕ ਸਵਾਲ ਮੇਰੇ ਜਹਿਨ 'ਚ ਸੀਗਾ ਜੀ, ਹੈ ਨਾ, ਇਹ ਮੈਂ ਸੋਚਦਾ ਹੁੰਦਾ ਸੀ ਜਦੋਂ ਮੈਂ ਆਪ ਥੋੜ੍ਹਾ ਜਿਹਾ ਇਸ ਚੀਜ਼ ਅੱਲੀ ਹੋਇਆ ਨਾ, ਜਿਵੇਂ ਤੁਸੀਂ ਮੈਨੂੰ ਪੁੱਛਿਆ ਯੂਟਿਊਬ ਦਾ, ਤਾਂ ਮੈਂ ਕਿਹਾ ਯਾਰ ਆਪਾਂ ਵੀ ਕੁਛ ਕਰੀਏ ਯਾਰ, ਇੱਦਾਂ ਥੋੜ੍ਹੀ ਹੁੰਦਾ ਸੀ ਵੀ ਕਰ ਲੈਂਦੇ ਨਾ। ਮੈਂ ਕਿਹਾ ਚੱਲ ਆਪਾਂ ਲੈ ਕੇ ਗਾ ਕੇ ਦੇਖਦੇ ਹਾਂ। ਤਾਂ ਉਦੋਂ ਜਿਵੇਂ ਹੁਣ ਮੈਨੂੰ ਗਾਉਣਾ ਨਹੀਂ ਆਉਂਦਾ ਬਿਲਕੁਲ, ਮੇਰੀ ਆਵਾਜ਼ ਵੀ ਨਹੀਂ ਵਧੀਆ, ਤਾਂ ਮੇਰੇ ਸਵਾਲ ਜਹਿਨ 'ਚ ਇਹ ਸਵਾਲ ਸੀਗਾ ਵੀ ਕੀ ਮਤਲਬ ਜਿਹੜੇ ਬੰਦੇ ਦੀ ਆਵਾਜ਼ ਵਧੀਆ ਨਹੀਂ ਹੈਗੀ, ਆਵਾਜ਼ ਉਹ ਗਾ ਨਹੀਂ ਸਕਦਾ, ਉਹ ਵੀ ਸਿੱਖ ਸਕਦਾ ਇੱਕ ਚੰਗਾ ਗਾਉਣਾ, ਜਾਂ ਫਿਰ ਇਹ ਕੁਦਰਤੀ ਆਪਾਂ ਨੂੰ ਰੱਬ ਵੱਲੋਂ ਹੋਣਾ ਚਾਹੀਦਾ ਕਿ ਯਾਰ ਸ਼ੁਰੂ ਤੋਂ ਹੀ ਬੰਦੇ ਦਾ ਗਲਾ ਜਾਂ ਆਵਾਜ਼ ਥੋੜ੍ਹੀ ਮੋਟੀ ਵਧੀਆ ਹੋਣੀ ਚਾਹੀਦੀ ਹੈ ਤਾਂ ਹੀ ਉਹ ਸਿੱਖ ਸਕਦਾ? ਦੇਖੋ, ਇੱਕ ਇਹਦੇ ਵਿੱਚ ਦੋ ਚੀਜ਼ਾਂ ਕੰਮ ਕਰਦੀਆਂ ਨੇ। ਮਤਲਬ ਇੱਕ ਤਾਂ ਜਿਵੇਂ ਗੱਲ ਕੀਤੀ ਵੀ ਧੁਰੋ ਹੀ ਸਿੱਖੇ ਸਿਖਾਏ ਆਉਂਦੇ ਨੇ। ਜਿਵੇਂ ਹੁਣ ਤੁਸੀਂ ਕੰਪੀਟੀਸ਼ਨ ਆਪਾਂ ਵੇਖਦੇ ਹਾਂ, ਰਿਐਲਿਟੀ ਸ਼ੋਅਜ਼ ਦੇਖਦੇ ਹਾਂ, ਇਹਦੇ 'ਚ 7-7 8-8 ਸਾਲ ਦੇ ਜਵਾਕ ਜਵਾਕ ਬਹੁਤ ਤੁਰਲਾ ਫੜੀ ਜਾਂਦੇ, ਹਾਂ ਹੈ ਨਾ। ਮਤਲਬ ਉਹ ਵਧੀਆ ਗਾ ਰਹੇ ਨੇ, ਬਹੁਤ ਸੋਹਣਾ ਗਾ ਰਹੇ ਨੇ। ਉਹ ਆਪਾਂ ਕਹਿ ਸਕਦੇ ਹਾਂ ਵੀ ਉਹ ਕੋਈ ਪਿਛਲੇ ਜਨਮ ਦੀ ਰੂਹ ਹੈ ਜਿਹੜੀ ਤਪ ਕਰਕੇ ਆਈ ਹੈ, ਰਿਆਜ਼ ਕਰਕੇ ਆਈ ਹੈ, ਤੇ ਇਸ ਜਨਮ 'ਚ ਬਸ ਉਹਨੇ ਗਾਉਣਾ ਹੀ ਹੈ। ਉਹਨੂੰ ਰਿਆਜ਼ ਦੀ ਹੁਣ ਲੋੜ ਨਹੀਂ। ਰਿਆਜ਼ ਇਹਦਾ ਸੈਂਸ ਜੇ ਕੋਈ ਨਵਾਂ ਗੀਤ ਬਣਾਉਣਾ, ਉਹਦੇ ਵਾਸਤੇ ਤੁਹਾਨੂੰ ਥੋੜਾ ਬਹੁਤ ਪ੍ਰਿਪੇਅਰ ਹੋਣਾ ਪਊਗਾ ਨਾ ਵੀ ਇੱਥੇ ਕੀ ਹਰਕਤ ਲਾਉਣੀ, ਕੀ ਮਤਲਬ ਉਹਦਾ ਗਲਾ ਸੁਰਾਂ ਤਿਆਰ ਹੈ, ਸੁਰਾਂ ਵਾਲੇ ਸਿੱਖਣਾ ਪਊਗਾ, ਮਤਲਬ ਉਹਦਾ ਗਲਾ ਤਿਆਰ ਗਲਾ ਹੈ, ਉਹ ਸਿਰਫ ਗਾਉਣ ਵਾਸਤੇ ਰੈਡੀ ਹੈ। ਜਿਹੜਾ ਕੋਈ ਤੁਸੀਂ ਕਹਿ ਰਹੇ ਹੋ ਵੀ ਬਿਲਕੁਲ ਹਜੇ ਉਹਦਾ ਮਤਲਬ ਉਹਨੂੰ ਸਾਹ ਵੀ ਨਹੀਂ ਪਤਾ ਵੀ ਕੀ ਹੈ, ਨਾ ਗਾਉਣਾ ਨੈਚੁਰਲ ਗਾਉਣਾ ਆਉਂਦਾ ਤੇ ਨਾ ਹੀ ਇਹਦੇ ਤੇ ਪਤਾ ਹੈ, ਉਹਨੂੰ ਥੋੜਾ ਬਹੁਤ ਸਿੱਖਣ ਨਾਲ ਸਮਝ ਵੱਧਦੀ ਹੈ। ਠੀਕ ਹੈ, ਜਿਵੇਂ ਆਪਾਂ ਸਕੂਲ ਜਾਂਦੇ ਹਾਂ, ਹੁਣ ਪਹਿਲਾਂ ਤਾਂ ਨਹੀਂ ਆਪਾਂ ਨੂੰ ਉੜਾ ਉੜਾ ਪਤਾ ਹੁੰਦਾ ਨਾ, ਹੁਣ ਅਸੀਂ ਆਪਦਾ ਲੈਟਰ ਜੋੜ ਕੇ ਅੱਖਰ ਜੋੜ ਕੇ ਨਾਂ ਵੀ ਲਿਖ ਲੈਂਦੇ ਹਾਂ। ਠੀਕ ਹੈ ਨਾ, ਉਸ ਤਰੀਕੇ ਦੇ ਨਾਲ ਜੇ ਪ੍ਰੋਪਰ ਸੰਗੀਤ ਦੀ ਤਾਲੀਮ ਲਈ ਜਾਵੇ, ਪ੍ਰੋਪਰ ਰਿਆਜ਼ ਕੀਤਾ ਜਾਵੇ, ਤਾਂ ਜਿਵੇਂ ਕਹਿੰਦੇ ਵੀ ਜੈਸੀ ਰੰਗਤ ਜੈਸੀ ਸੰਗਤ ਤੈਸੀ ਰੰਗਤ, ਹਾਂਜੀ, ਹੈ ਨਾ, ਤਾਂ ਉਹ ਫਿਰ ਕਿਤੇ ਨਾ ਕਿਤੇ ਰੰਗ ਗਿਰਗਟ ਰੰਗ ਬਦਲ ਹੀ ਲੈਂਦਾ, ਫੜ ਲੈਂਦਾ, ਫੜ ਲੈਂਦਾ। ਹਾਂ, ਸੰਗਤ ਦਾ ਰੰਗ ਹੁੰਦਾ, ਤੁਸੀਂ ਜਿਹੋ ਜਿਹੀ ਸੰਗਤ 'ਚ ਰਹਿੰਦੇ ਹੋ ਫਿਰ ਉਹੋ ਜਿਹੇ ਹੋ ਜਾਂਦੇ ਹੋ। ਮਤਲਬ ਇੱਕ ਤਰ੍ਹਾਂ ਦੀ ਇਹ ਗੱਲ ਕਹਿ ਸਕਦੇ ਆ ਆਪਾਂ, ਜੇ ਉਹਨੂੰ ਉਹਦੀ ਆਵਾਜ਼ ਸੋਹਣੀ ਨਹੀਂ ਹੋਊ ਪਰ ਉਹ ਸੁਰ ਸਿੱਖ ਸਕਦਾ, ਸੋ ਸਿੱਖ ਸਕਦਾ, ਆਵਾਜ਼ ਵੀ ਸੋਹਣੀ ਕੀਤੀ ਜਾ ਸੋਹਣੀ ਕੀਤੀ ਜਾ ਸਕਦੀ ਕੀਤੀ ਜਾ ਸਕਦੀ ਹੈ। ਇਹ ਦੇਖੋ, ਇੱਕ ਇੰਸਟਰੂਮੈਂਟ ਰੱਬ ਨੇ ਲਾਇਆ, ਜੇ ਇਹਨੂੰ ਤੁਸੀਂ ਡੇਲੀ ਮੇਲ ਮੁੰਡੇ ਆ ਜਿਹੜੇ ਆਪਦੇ ਮੇਲ ਸਕੇਲ ਨਾਲ ਇਹਨੂੰ ਮਿਲਾਉਣ ਡੇਲੀ, ਤੇ ਕੁੜੀਆਂ ਆਪਦੇ ਸਕੇਲ ਨਾਲ ਮਿਲਾਉਣ, ਤਾਂ ਇਹਨੂੰ ਤੁਸੀਂ ਕਿਤੇ ਵੀ ਸੁਰ ਕਰ ਸਕਦੇ ਹੋ, ਸਾਜ਼ ਹੈ ਵੀ ਇੱਕ, ਇਹਨੂੰ ਜਿਵੇਂ ਗਿਟਾਰ ਸੁਰ ਕਰਦੇ ਆ ਉਹ ਕੀਜ਼ ਨੂੰ ਗੋਲ ਕਰਕੇ, ਜਾਂ ਤਬਲਾ ਤੁਸੀਂ ਵੇਖਿਆ ਹੋਣਾ ਤਬਲੇ ਤੇ ਮਾਰ ਕੇ ਥੋੜੀ ਮਾਰਦੇ ਆ ਉਹ ਸੁਰ ਕਰਦੇ ਆ। ਜੇ ਬੇਸੁਰਾ ਵੱਜੀ ਜਾਵੇ ਤਾਂ ਜਿਹਨੂੰ ਨਹੀਂ ਵੀ ਆਉਂਦਾ ਉਹ ਵੀ ਕਹਿ ਦੂਗਾ ਯਾਰ ਅੱਜ ਬਾਬੇ ਨੇ ਜਾਂ ਗਜ਼ਲ ਵਾਲੇ ਨੇ ਜਾਂ ਕਵਾਲੀ ਵਾਲੇ ਨੇ ਰੰਗ ਨਹੀਂ ਭੰਨਿਆ, ਉਹ ਫਰਕ ਰਹਿ ਗਿਆ। ਠੀਕ ਹੈ, ਕਿਉਂਕਿ ਸਾਜ਼ ਬੇਸੁਰਾ ਵੱਜ ਰਿਹਾ ਸੀ ਜਾਂ ਉਹਦਾ ਇੰਸਟਰੂਮੈਂਟ ਬੇਸੁਰਾ ਸੀ, ਕੁਛ ਤਾਂ ਹੈਗੀ ਸੀ। ਜਦੋਂ ਸਾਰੀਆਂ ਚੀਜ਼ਾਂ ਟਿਊਨ ਹੋ ਜਾਂਦੀਆਂ ਨੇ ਆਪਦੀ ਫ੍ਰੀਕੁਐਂਸੀ ਨਾਲ ਮੈਚ ਕਰ ਜਾਂਦੀਆਂ, ਫਿਰ ਉਦੋਂ ਜਿਹੜੀ ਟੱਲੀ ਵੱਜਦੀ ਹੈ ਉਹ ਫਿਰ ਦਿਲ 'ਚ ਵੱਜਦੀ ਸਿੱਧੀ ਜਾ ਕੇ। ਸਹੀ ਗੱਲ, ਠੀਕ ਹੈ ਜੀ। ਸੋ ਇਹਦਾ ਮਤਲਬ ਕੋਈ ਵੀ ਜੋ ਗਾਉਣਾ ਚਾਹੁੰਦਾ ਸਿੱਖਣਾ ਚਾਹੁੰਦਾ ਸਿੱਖ ਸਕਦਾ ਗਾ ਸਕਦਾ, ਅਤੇ ਚਲੋ ਪ੍ਰੋਫੈਸ਼ਨਲ ਨਹੀਂ ਤਾਂ ਆਪਣੇ ਰੂਹ ਦੀ ਖੁਰਾਕ ਲਈ ਸਿੱਖਿਆ ਜਾ ਸਕਦਾ। ਠੀਕ ਹੈ ਜੀ, ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਥੋੜ੍ਹੀ ਆਪਣੇ, ਤੁਸੀਂ ਆਪਣੀ ਅਕੈਡਮੀ ਬਾਰੇ ਜ਼ਰੂਰ ਦੱਸੋ ਜਿਹੜੀ ਤੁਸੀਂ ਕੈਨੇਡਾ ਦੇ ਵਿੱਚ ਅਤੇ ਇੰਡੀਆ ਦੇ ਵਿੱਚ ਵੀ ਤੁਸੀਂ ਚਲਾ ਰਹੇ ਹੋ, ਹੈ ਨਾ, ਇਹਦੇ ਬਾਰੇ ਥੋੜ੍ਹਾ ਜਿਹਾ ਜ਼ਰੂਰ ਦੱਸਿਓ। ਹਾਂਜੀ, ਅਕੈਡਮੀ ਨੂੰ ਲਗਭਗ 13 ਸਾਲ ਹੁਣ ਕੰਪਲੀਟ ਹੋ ਗਏ, 12.5-12 ਸਾਲ ਮੈਂ ਮਤਲਬ ਇੰਡੀਆ ਸੀਗਾ, ਹੈ ਨਾ, ਉਹਦੇ ਵਿੱਚ ਉੱਥੇ ਅਕੈਡਮੀ ਬਕਾਇਦਾ ਆਪਾਂ ਸ਼ੁਰੂ ਕੀਤੀ ਹੋਈ ਸੀ, ਬੱਚੇ ਕਾਫੀ ਮਤਲਬ ਰਿਸਪੋਂਸ ਬਹੁਤ ਸੋਹਣਾ ਸੀਗਾ ਜੀ। ਤੇ ਹੁਣ ਫਿਰ ਕੈਨੇਡਾ ਵਿੱਚ ਇੱਥੇ ਵੀ ਜਿਵੇਂ ਕਹਿ ਲਓ ਵੀ ਮੇਰੇ ਕੋਲ ਉੱਥੋਂ ਸਿੱਖੇ ਹੋਏ ਬੱਚੇ ਇੱਥੇ ਆਏ ਹੋਏ ਸੀਗੇ, ਤੇ ਮੈਂ 1 ਮਈ 2023 ਨੂੰ ਇੱਥੇ ਆ ਗਿਆ ਸੀਗਾ। ਹਾਂਜੀ, ਤੇ ਉਸੇ ਮਹੀਨੇ ਮੈਨੂੰ ਲੱਗਦਾ ਵੀ ਅਸੀਂ ਕੰਮ ਸ਼ੁਰੂ ਕਰਤਾ ਸੀ, ਤੇ ਉਹਨਾਂ ਵਿੱਚੋਂ ਮੇਰਾ ਮਤਲਬ ਫੇਵਰੇਟ ਸਟੂਡੈਂਟ ਜਿਵੇਂ ਕਹਿ ਲਈਏ
ਜਿਹਨੇ ਬੜੀ ਮਦਦ ਕੀਤੀ ਇਸ ਅਕੈਡਮੀ ਨੂੰ ਇੱਥੇ ਕੈਨੇਡਾ ਵਿੱਚ ਐਸਟੈਬਲਿਸ਼ ਕਰਨ ਵਾਸਤੇ, ਗੋਵਿੰਦ ਸੰਧੂ। ਜੀ ਉਹ ਬਾਈ ਮੇਰਾ ਸਟੂਡੈਂਟ ਵੀ ਹੈ ਅਤੇ ਮਤਲਬ ਜਿਵੇਂ ਕਹਿ ਲਓ ਰਾਹ ਦਸੇਰਾ ਵੀ ਹੈ। ਅੱਛਾ ਜੀ। ਉਹਨੇ ਬੜਾ ਵਧੀਆ ਇੱਥੇ ਆ ਕੇ ਮੈਨੂੰ ਕਿਹਾ ਵੀ ਸਰ ਵੀ ਤੁਸੀਂ ਵੀਡੀਓਜ਼ ਤੁਹਾਡੇ ਕੋਲ ਇੰਨਾ ਕੁਛ ਤਾਂ ਹੈਗਾ ਆ ਵੀ ਤੁਸੀਂ ਥੋੜ੍ਹਾ ਥੋੜ੍ਹਾ ਪਾਉਣਾ, ਕਲਿੱਪ ਜੇ ਪਾਉਣੇ ਸ਼ੁਰੂ ਕਰੋ। ਟਿਕਟੋਕ 'ਤੇ ਮੇਰਾ ਅਕਾਊਂਟ ਵੀ ਬਣਾ ਗਿਆ, ਵੀਡੀਓ ਸ਼ੂਟ ਕਰਕੇ ਉਹਨੂੰ ਐਡਿਟ ਕਰਕੇ ਮੈਨੂੰ ਕਹਿੰਦਾ ਵੀ ਹਾਂਜੀ ਹੁਣ ਪੋਸਟ ਕਰਨੀ ਤੁਸੀਂ। ਅੱਛਾ ਜੀ। ਤਾਂ ਉਹ ਕੀਤੀ ਤਾਂ ਸਾਰੇ ਪਾਸੇ ਬਹੁਤ ਸੋਹਣਾ ਰਿਸਪੋਂਸ ਮਿਲਿਆ, ਮਤਲਬ ਇੰਸਟਾਗ੍ਰਾਮ 'ਤੇ ਵੀ, ਮਤਲਬ ਉਹ ਪ੍ਰਿੰਸ ਮਿਊਜ਼ਿਕ ਅਕੈਡਮੀ ਨੂੰ ਕਾਫੀ ਵਧੀਆ ਲੋਕਾਂ ਦੇ ਫੋਲੋਅਰ ਬਹੁਤ ਵੱਧ ਗਏ ਹੈ ਨਾ ਉਸ ਤੋਂ ਬਾਅਦ, ਅਤੇ ਫੇਸਬੁੱਕ 'ਤੇ ਵੀ ਮਤਲਬ, ਅਤੇ ਚੈਨਲ ਵੀ ਮੋਨੋਟਾਈਜ਼ ਹੋ ਗਏ, ਉਦੋਂ ਬਾਅਦ ਸਾਰਾ ਕੁਝ ਬਹੁਤ ਸੋਹਣਾ ਚੱਲਣ ਲੱਗ ਪਿਆ। ਅਤੇ ਬਸ ਇਸ ਤਰੀਕੇ ਨਾਲ ਹੁਣ ਫਿਰ ਮੈਂ 4 ਕੁ ਮਹੀਨੇ ਵਿੱਚੋਂ ਉੱਥੇ ਪੰਜਾਬ ਦੇ ਸਟੂਡੈਂਟਸ ਨਾਲ ਰਾਬਤਾ ਬਣਿਆ ਰਿਹਾ, ਹੁਣ ਫਿਰ ਇੱਥੋਂ ਵਾਲਿਆਂ ਨਾਲ ਮਤਲਬ। ਤੁਹਾਡਾ ਇੱਦਾਂ ਹੈ ਵੀ ਤੁਸੀਂ ਸੀਜ਼ਨ ਛੱਡਦੇ ਨਹੀਂ, ਜਿਹੜਾ ਸੀਜ਼ਨ ਇੱਧਰ ਲੱਗਣਾ ਉਹ ਇੱਧਰ, ਜਿਹੜਾ ਪੰਜਾਬ ਚ ਲਾਉਣਾ ਪੰਜਾਬ ਚ ਲਓ ਜੀ, ਹੁਣ ਇੱਧਰ ਸਨੋਅ ਹੋ ਗਈ ਬੰਦ ਹੋ ਗਿਆ ਸਾਰਾ ਕੁਝ, ਹੁਣ ਪੰਜਾਬ ਜਾ ਕੇ ਸ਼ੋਅ ਲਾਉਂਦੇ ਹਾਂ ਨਾ। ਮਹਾਰਾਜ ਮੇਰੀ ਇਹ ਵੀ ਇਸੇ ਤਰ੍ਹਾਂ ਹੀ ਬਣਾਈ ਰੱਖੀ। ਹਾਂ ਨਹੀਂ, ਇੱਕ ਜਿਨ੍ਹਾਂ ਨੂੰ ਪਿਆਰ ਹੁੰਦਾ ਜੀ ਮਿਊਜ਼ਿਕ ਨਾਲ ਗਾਉਣ ਨਾਲ, ਉਹਨਾਂ ਨੂੰ ਇਹੀ ਹੁੰਦਾ ਵੀ ਹਾਂਜੀ ਅਸੀਂ 24 ਘੰਟੇ ਗਾਈਏ, ਚੱਕਣਾ ਜੀ ਆਪਦਾ ਗਿਟਾਰ ਚੱਕਣੀ ਮੋਢਿਆਂ ਦੇ, ਬਾਜਾ ਜਾ ਕੇ ਤੁਰਦੇ ਹੋ ਜਾਂਦੇ। ਨਗਰ ਨਗਰ ਕਹਿੰਦੇ ਵੱਸਦੇ ਭਲੇ ਤੇ ਸਾਧੂ ਚੱਲਦੇ ਭਲੇ। ਬਿਲਕੁਲ ਸਹੀ ਗੱਲ ਹੈ ਜੀ। ਸ਼ੋਜ਼ ਬਾਰੇ ਗੱਲ ਕਰ ਲੈਂਦੇ ਤੁਸੀਂ, ਮਤਲਬ ਸ਼ੋਜ਼ ਤੁਹਾਡੇ ਪੰਜਾਬ 'ਚ ਤਾਂ ਬਹੁਤ ਹੁੰਦੇ ਨੇ ਹੈ ਨਾ, ਅਤੇ ਜੇ ਇੱਥੇ ਤੁਹਾਡੇ ਕੈਨੇਡਾ ਦੇ ਵਿੱਚ ਵੀ ਕਾਫੀ ਸ਼ੋਅ ਹੋਏ ਨੇ, ਜੇ ਕੋਈ ਸ਼ੋਅ ਕਰਵਾਉਣਾ ਚਾਹੁੰਦਾ ਤਾਂ ਤੁਹਾਨੂੰ? ਹਾਂ, ਇੱਥੇ ਆਪਣਾ ਪ੍ਰੋਪਰ ਬੈਂਡ ਹੈਗਾ ਆ, ਇੱਥੇ ਵੀ ਮਤਲਬ ਆਪਾਂ ਸ਼ੋਜ਼ ਕਰਦੇ ਹਾਂ। ਲਾਈਕ ਮੈਂ ਹੁਣ ਪਿੱਛੇ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਪਿਛਲਾ ਜਿਹੜਾ ਸੀਜ਼ਨ ਸੀਗਾ ਇੱਥੇ ਕੈਨੇਡਾ ਦਾ, ਤਾਂ ਉਦੋਂ ਮੇਲੇ ਬੜੇ ਹੁੰਦੇ ਨੇ ਨਾ। ਹਾਂਜੀ। ਤਾਂ ਲਗਭਗ ਜਿਹੜੇ ਟੋਰਾਂਟੋ ਦੇ ਜਾਂ ਇਟੋਬਿਕੋ ਦੇ ਜਾਂ ਨਾਇਗਰਾ ਫਾਲ ਦੇ ਜਿੰਨੇ ਵੀ ਮੇਲੇ ਸੀਗੇ ਪਾਪੂਲਰ ਮੇਲੇ ਵਧੀਆ, ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਆਪਾਂ ਗਏ, ਜਿਹਦੇ ਵਿੱਚ ਨਾਇਗਰਾ ਆਈ ਆਈ ਮੇਲਾ ਨਾਇਗਰਾ ਫਾਲ ਦਾ ਹੋ ਗਿਆ, ਜਾਂ ਪੰਜਾਬ ਡੇ ਕੈਨੇਡਾ ਡੇ ਮੇਲਾ, ਫਿਰ ਡੰਪ ਟਰੱਕ ਵਾਲੇ ਜਿਹੜੇ ਮੇਲਾ ਕਰਾਉਂਦੇ ਆ, ਤਾਂ ਸਾਰਿਆਂ ਦੇ ਵਿੱਚ ਬਹੁਤ ਸੋਹਣਾ ਅਤੇ ਵਧੀਆ, ਮਤਲਬ ਪੀਕ ਪੁਆਇੰਟ ਜਿਹੜਾ ਆਪਾਂ ਕਹਿ ਲਈਏ ਉਹ ਮੈਨੂੰ ਬੈਸਟ ਪੁਆਇੰਟ ਟਾਈਮ ਮਿਲਦਾ ਰਿਹਾ ਉੱਥੇ। ਅਤੇ ਹੁਣ ਰੀਸੈਂਟ ਜਿਹੜਾ ਰਵੀ ਕੌਰ ਖਾ ਰੂਪੀ ਕੌਰ ਸੋਰੀ ਰੂਪੀ ਕੌਰ ਤੇ ਰਵੀ ਸਿੰਘ ਖਾਲਸਾ ਦੇ ਨਾਲ ਮੈਨੂੰ ਰੋਜ਼ ਥੀਏਟਰ ਦੇ ਵਿੱਚ ਬੜਾ ਵੱਡਾ ਇਵੈਂਟ ਸੀ ਮੇਰੇ ਵਾਸਤੇ, ਇਹ ਐਸੀਆਂ ਸ਼ਖਸੀਅਤਾਂ ਦੇ ਨਾਲ ਕੰਮ ਕਰਨਾ ਜਾਂ ਗਾਉਣਾ ਪਰਫਾਰਮ ਕਰਨਾ, ਤੇ ਬਹੁਤ ਮਾਣ ਵਾਲੀ ਗੱਲ, ਮੇਰੇ ਮੈਨੂੰ ਪਰਸਨਲੀ ਵਧੀਆ ਲੱਗਿਆ ਉਹਨਾਂ ਦੇ ਵਿੱਚ ਪਰਫਾਰਮ ਕਰਕੇ। ਤਾਂ ਇੱਥੇ ਵੀ ਮਤਲਬ ਅਸੀਂ ਸ਼ੋਜ਼ ਕਰਦੇ ਰਹਿੰਦੇ ਹਾਂ। ਠੀਕ। ਹਾਂਜੀ, ਤੁਹਾਨੂੰ ਮਤਲਬ ਸ਼ੋਅ ਜੇ ਕਿਸੇ ਨੇ ਕਰਵਾਉਣਾ ਮਾਤਾ ਹੈ ਨਾ ਤੁਹਾਡੇ, ਜਿਵੇਂ ਵਿਆਹ ਵਗੈਰਾ ਤੇ ਜਾਂ ਕੋਈ ਹੋਰ ਉਦਾਂ, ਤਾਂ ਤੁਹਾਨੂੰ ਕੰਟੈਕਟ ਕੀਤਾ ਜਾ ਸਕਦਾ ਸ਼ੋਅ ਦੇ ਵਿੱਚ। ਆਪਾਂ ਇੱਥੇ ਵੀ ਹੈਗੇ, ਉਹ ਵੀਡੀਓਜ਼ ਵੀ ਆਪਾਂ ਅਪਲੋਡ ਨਾਲ ਕਰਦੇ। ਹਾਂਜੀ ਹਾਂਜੀ ਹਾਂਜੀ। ਇੱਕ ਜੇ ਕੋਈ ਹੁਣ ਆਪਣਾ ਨਾਲ ਹੀ ਮਿੱਠਾ ਜਿਹਾ ਕੋਈ ਗੀਤ ਹੋ ਜਾਵੇ ਜੀ। ਮੈਂ ਤੁਹਾਨੂੰ ਆਪਣਾ ਗੀਤ ਸੁਣਾਉਣਾ। ਹਾਂਜੀ ਜ਼ਰੂਰ। ਛੱਲਾ ਗਾਣਾ ਆਇਆ ਸੀਗਾ ਇੱਕ ਵਾਈਟ ਨੋਟਸ ਇੰਟਰਟੇਨਮੈਂਟ ਤੋਂ, ਅਸੀਂ ਲਿਰਿਕਲ ਵੀਡੀਓ ਪਾਈ ਸੀ, ਹਾਂ ਉਹ ਹੁਣ ਅਸੀਂ ਵੀਡੀਓ ਉਹਦੀ ਕਰਾਂਗੇ ਜਲਦੀ, ਤੇ ਉਹਦੇ ਤੁਹਾਨੂੰ ਮੈਂ ਦੋ ਹੋਰ ਸਾਂਝੇ ਕਰਾਂ ਜੀ। ਪਾਣੀ ਦੀਆਂ ਸੋਨੇਰਾ ਜੋ ਛੱਲਾ ਹੋਣੇ ਜਾਂਦੀਆਂ, ਵੇ ਮੈਥੋਂ ਇੰਜ ਤੇਰੀਆਂ ਹੌਲੀ ਹੌਲੀ ਹੋਈ ਜਾਵਾਂ ਮੈਂ ਵੀ ਤੇਰੇ ਵਰਗੀ, ਤੈਨੂੰ ਮਿਲਦੀ ਵੇ ਖਾਲੀ ਖਾਜੀ ਵਰਗੀ, ਖਾਬ ਜਾਗ ਜਾਂਦੇ ਜਦੋਂ, ਖਾਬ ਜਾਗ ਜਾਂਦੇ ਜਦੋਂ, ਮੈਂ ਅੱਖਾਂ ਸੋਨੇ ਜਾਂਦੀ
ਮਜ਼ਾ ਆ ਜਾਂਦਾ ਜੀ ਸੁਣ ਕੇ। ਤੁਸੀਂ ਵੀ ਕਹੋਗੇ ਵੀ ਵਾਰ ਵਾਰ ਗਾਣੇ ਸੁਣੀ ਜਾਂਦੇ ਨੇ ਵੀਰ ਤੋਂ, ਸੋ ਆਪਾਂ ਆਏ ਹਾਂ ਵੀ ਚਲੋ ਆਪਾਂ ਨੂੰ ਮੌਕਾ ਮਿਲਿਆ ਸੁਣ ਲਈਏ। ਠੀਕ ਹੈ ਜੀ, ਸੋ ਹੁਣ ਅੱਗੇ ਤੁਹਾਡੇ ਹੋਰ ਵੀ ਕਾਫੀ ਪ੍ਰੋਜੈਕਟਸ ਆਉਣ ਵਾਲੇ ਹੋਣਗੇ ਹੈ ਨਾ ਜੀ, ਜਿਵੇਂ ਗੀਤ ਸੰਗੀਤ ਤੁਹਾਡੇ ਤੁਸੀਂ ਗਾਵੋਗੇ ਜ਼ਰੂਰ। ਹਾਂਜੀ, ਜਗਦੀਪ ਸਿੰਘ ਫਰੀਦਕੋਟ ਬਾਈ ਦਾ ਇੱਕ ਲਿਖਿਆ ਹੋਇਆ ਬੜਾ ਪਿਆਰਾ ਗੀਤ ਹੈ, ਜਿਵੇਂ ਆਪਾਂ ਸੱਭਿਆਚਾਰ ਦੇ ਵਿੱਚ ਗੱਲ ਕੀਤੀ ਵੀ ਨਵੇਂ ਗਵਈਆਂ ਆਪਣਾ ਇਹ ਰੰਗ ਦਿਖਾਇਆ, ਹਾਂਜੀ ਸੱਭਿਆਚਾਰ ਪੰਜਾਬ ਦਾ ਫੜ ਖੂੰਜੇ ਲਾਇਆ, ਤਾਂ ਮੈਨੂੰ ਐਂ ਹੁੰਦਾ ਵੀ ਪੰਜਾਬ ਇੰਨਾ ਸੋਹਣਾ ਹੈ ਨਾ ਦੇਸ਼ ਆ, ਤੇ ਉਹਦੇ ਬਾਰੇ ਇੱਕ ਪੋਜ਼ਿਟਿਵ ਗੱਲ, ਮੈਂ ਹਮੇਸ਼ਾ ਹਰੇਕ ਦੀ ਵੇਖੋ ਨੈਗੇਟਿਵ ਵੀ ਹੁੰਦਾ ਪੋਜ਼ਿਟਿਵ ਵੀ ਹੁੰਦਾ, ਪਰ ਅਸੀਂ ਹਮੇਸ਼ਾ ਆਪਦੇ ਦੇਸ਼ ਦੀ ਸਲਾਹ ਤਾਂ ਕਰਨੀ, ਕਿਉਂਕਿ ਕਹਿੰਦੇ ਵੀ ਜਿਹੜੀ ਥਾਲੀ ਚ ਖਾਈ ਉਹਦੇ ਚ ਕਦੇ ਛੇਕ ਨਹੀਂ ਕਰਨਾ, ਨਾ ਅਸੀਂ ਕਦੇ ਕੈਨੇਡਾ ਨੂੰ ਮਾੜਾ ਕਹਿਣਾ ਆ, ਨਾ ਕਦੇ ਪੰਜਾਬ ਨੂੰ ਮਾੜਾ, ਤਾਂ ਅਸੀਂ ਕਹਿ ਹੀ ਨਹੀਂ ਸਕਦੇ ਕਿਉਂਕਿ ਸਾਡੀ ਸਰਜ਼ਮੀਨ ਆ, ਸਾਡੀ ਧਰਤੀ ਹੈ, ਹੈ ਨਾ, ਮਾਂ ਆ। ਤੇ ਉਹਦੇ ਬਾਰੇ ਬਹੁਤ ਸੋਹਣਾ ਲਿਖਿਆ ਬਾਈ ਜਗਦੀਪ ਸਿੰਘ ਫਰੀਦਕੋਟ ਨੇ, ਉਹ ਮੈਂ ਬੋਲ ਤੁਹਾਡੇ ਨਾਲ ਸਾਂਝੇ ਵੀ ਕਰਦਾ ਵੀ ਜਿਹੜਾ ਆਉਣ ਵਾਲਾ ਪ੍ਰੋਜੈਕਟ ਹੈ। ਕਹਿੰਦੇ ਵੀ ਇਹ ਓਂਕਾਰੋਂ ਨਿਕਲੀ ਹੈ ਨਾਥਾਂ ਨੇ ਬੋਚੀਏ, ਬਾਬੇ ਨੇ ਪਾਲੀ ਤੇ ਬਣਤਰ ਸਵਾਰੀ, ਖੰਡੂਰੀ ਜੋ ਬੈਠੇ ਗੁਰੂ ਦੇ ਦੁਆਰੇ, ਇਹ ਬਾਲਾਂ ਦੀਆਂ ਕਲਮਾਂ ਚੋਂ ਫੱਟੀ ਤੇ ਆਈ, ਇਹ ਸ਼ੱਕਰ ਤੇ ਮਿਸ਼ਰੀ ਜੇ ਮਿੱਠੀ ਬੜੀ ਹੈ, ਇਹ ਰਸ ਬਣ ਕੇ ਘੁਲਦੀ ਹੈ ਆਬਾਂ ਦੀ ਬੋਲੀ, ਸੁਗੰਧਾਂ ਬਿਖੇਰੇ ਚੌਂ ਪਾਸੇ ਮੈਂ ਕਾਵੇ, ਹਰੀ ਮੰਦਰ ਖਿੜੇ ਹੋਏ ਗੁਲਾਬਾਂ ਦੀ ਬੋਲੀ, ਇਹਦੇ ਉੱਤੇ ਧਾੜਾਂ ਵੀ ਚੜ ਚੜ ਕੇ ਆਈਆਂ, ਉਹ ਅੱਗਾਂ ਤੂਫਾਨਾਂ ਤੇ ਝੱਖੜਾਂ ਦੀਆਂ ਜਾਈਆਂ, ਸੀ ਦਬਕੇ ਵੀ ਮਾਰੇ ਡਰਾਵੇ ਵੀ ਦਿੱਤੇ, ਇਹ ਡਰਦੀ ਨਹੀਂ ਹੈ ਆਜ਼ਾਦਾਂ ਦੀ ਬੋਲੀ, ਇਹ ਰਬਾਬਾਂ ਖਾਬਾਂ ਤੇ ਢਾਬਾਂ ਦੀ ਬੋਲੀ, ਇਹ ਨਿਰਮਲ ਤੇ ਸੁੱਚੀ ਪੰਜਾਬਾਂ ਦੀ ਬੋਲੀ। ਇਹ ਗੀਤ ਆਪਣਾ ਆਉਣ ਵਾਲਾ ਪ੍ਰੋਜੈਕਟ ਹੈ, ਇੱਕ ਬਾਈ ਜਗਦੀਪ ਸਿੰਘ ਦਾ, ਇਹ ਗੀਤ ਇਹ ਰਿਕਾਰਡ ਹੋ ਚੁੱਕੇ ਆ ਜਿਹੜੇ ਗੀਤ ਉਹਨਾਂ ਦੀ ਗੱਲ ਕਰ ਰਿਹਾ, ਤੇ ਇੱਕ ਮੁੰਡਾ ਅਰਸ਼ ਸਿੱਧੂ ਹੈ ਨਾਇਗਰਾ ਫਾਲ ਰਹਿੰਦਾ ਹੈ, ਹਾਂਜੀ, ਤੇ ਉਹਦਾ ਗੀਤ ਹੈ ਮਹਾਰਾਜਾ ਦਲੀਪ ਸਿੰਘ ਤੇ, ਉਹ ਵੀ ਅੱਛਾ ਮੇਰਾ ਪਸੰਦੀਦਾ ਗੀਤ ਹੈ, ਮਤਲਬ ਮੇਰੀ ਇੱਛਾ ਸੀ ਕਿ ਮੈਂ ਮਹਾਰਾਜਾ ਤੇ, ਮਤਲਬ ਕਿਉਂਕਿ ਹਰੇਕ ਪੰਜਾਬੀ ਦਾ ਮੈਨੂੰ ਲੱਗਦਾ ਵੀ ਇਹ ਦਰਦ ਆ, ਕਿਉਂਕਿ 18ਵੀਂ ਸਦੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਾਡੇ ਕੋਲ ਕੋਈ ਸਾਡਾ ਰਾਜਾ ਹੀ ਨਹੀਂ ਆਇਆ, ਸਾਡਾ ਰਾਜ ਭਾਗ ਖੋ ਲਿਆ ਗਿਆ, ਹਨਾ, ਤੇ ਉਹਦੇ ਚ ਮਤਲਬ ਬਹੁਤ ਸੋਹਣਾ ਗੀਤ ਹੈ ਉਹ, ਤੇ ਮੇਰਾ ਪਰਸਨਲੀ ਫੇਵਰੇਟ ਹੈ। ਉਹਦੇ ਵਿੱਚ ਮਤਲਬ ਜਿਹੜੀ ਹਵਾ ਆ ਪੰਜਾਬ ਦੇ ਦੇਸ਼ ਤੋਂ ਉਹ ਪੈਰਿਸ ਜਾਂਦੀ ਹੈ ਮਹਾਰਾਜਾ ਦੀ ਕਬਰ ਦੇ ਕੋਲੇ, ਤੇ ਮਹਾਰਾਜ ਨੂੰ ਸਵਾਲ ਕਰਦੀ ਹੈ, ਗੋ ਮਹਾਰਾਜਾ ਜਵਾਬ ਦਿੰਦਾ ਹੈ, ਉਹ ਉਹਨਾਂ ਦੀ ਆਪਸੀ ਕਨਵਰਸੇਸ਼ਨ ਹੈ, ਉਹ ਬਹੁਤ ਕੀ ਬਾਤ ਹੈ, ਹੋਣ ਵਾਲਾ। ਠੀਕ, ਖੂਬਸੂਰਤ। ਸੋ ਤੁਹਾਨੂੰ ਲੱਗਦਾ ਜੀ ਜਿਵੇਂ ਆਪਾਂ, ਜਿਵੇਂ ਪਹਿਲਾਂ ਵੀ ਆਪਾਂ ਗੱਲ ਕੀਤੀ, ਹੁਣ ਜਿਹੜਾ ਮਿਊਜ਼ਿਕ ਚੱਲ ਰਿਹਾ, ਜੋ ਟ੍ਰੈਂਡ ਚੱਲ ਰਿਹਾ ਫਾਸਟ ਮਿਊਜ਼ਿਕ ਦਾ, ਹਿਪ ਹੌਪ ਦਾ, ਹੈ ਨਾ, ਵੀ ਉਹਦੇ ਵਿੱਚ ਵੀ ਚੰਗਾ ਗਾਇਆ ਜਾ ਸਕਦਾ, ਚੰਗਾ ਮਤਲਬ ਜੇ ਕੋਈ ਰੈਪ ਵੀ ਕਰਨਾ ਚਾਹੁੰਦਾ, ਚਲੋ ਨਹੀਂ ਵੀ ਗਾ ਸਕਦਾ, ਹੈ ਨਾ, ਉਹਨੂੰ ਰੈਪ ਕਰਨਾ ਵਧੀਆ ਲੱਗਦਾ, ਤਾਂ ਮਤਲਬ ਰੈਪ ਵੀ ਇੱਕ ਚੰਗੇ ਤਰੀਕੇ ਨਾਲ, ਚੰਗੇ ਸ਼ਬਦਾਂ ਨਾਲ ਈਜ਼ੀ ਆ, ਹਾਂ, ਲਿਖਿਆ ਜਾ ਸਕਦਾ, ਚੰਗਾ ਗਾਇਆ ਜਾ ਸਕਦਾ ਉਹਦੇ ਵਿੱਚ। ਬਿਲਕੁਲ ਬਿਲਕੁਲ, ਰੈਪ ਦੇ ਵਿੱਚ ਤੁਸੀਂ ਦੇਖੋ, ਰੈਪ ਗਾਇਕੀ ਮੈਂ ਕਦੇ ਵੀ ਮਾੜਾ ਨਹੀਂ ਕਹਿੰਦਾ, ਗਾਉਣਾ ਹਮੇਸ਼ਾ ਚੰਗਾ ਹੀ ਹੁੰਦਾ, ਉਹਦੇ ਚ ਗੱਲ ਚੰਗੀ ਹੋਣੀ ਚਾਹੀਦੀ ਹੈ, ਹਨਾ, ਤੇ ਜਿਵੇਂ ਕਹਿ ਲਈਏ ਵੀ ਤੁਹਾਨੂੰ ਇੱਕ ਇਤਿਹਾਸ ਦੀ ਹੁਣ ਨਾਲ ਗੱਲ ਇੱਕ ਰਿਲੇਟ ਹੋਊਗੀ, ਕਹਿੰਦੇ ਵੀ ਜਦੋਂ ਮੱਸੇ ਰੰਗੜ ਨੇ ਉੱਥੇ ਦਰਬਾਰ ਸਾਹਿਬ ਤੇ ਕਬਜ਼ਾ ਕਰ ਲਿਆ ਸੀ, ਹਨਾ, ਤਾਂ ਉੱਥੇ ਮਤਲਬ ਬੀਬੀਆਂ ਨਚਾਉਣ ਲੱਗ ਪਿਆ ਸੀ, ਕੰਜਰੀਆਂ ਜਿਹਨਾਂ ਨੂੰ ਚਲੋ ਕਹਿ ਦਿੰਦੇ ਹਾਂ, ਤੇ ਜਦੋਂ ਦੂਜੇ ਆਏ ਸੀਗੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ, ਹੈ ਨਾ, ਉਹਨਾਂ ਨੇ ਸਿਰ ਲਾਇਆ ਸੀ, ਆਈ ਥਿੰਕ ਜੇ ਮੈਂ ਗਲਤ ਨਾ ਹੋਵਾਂ, ਤਾਂ ਜਦੋਂ ਉਹ ਕਹਿੰਦੇ ਆ ਵੀ ਦਰਬਾਰ ਸਾਹਿਬ ਐਂਟਰ ਕੀਤੇ ਨਾ ਗੇਟ ਤੋਂ, ਤਾਂ ਵੱਜ ਰਾਗ ਹੀ ਗਿਆ, ਸ੍ਰੀ ਰਾਗ ਦਾ ਗਾਇਨ ਹੋ ਰਿਹਾ ਸੀ, ਸ਼ਾਇਦ ਮੈਂ ਕਵਿਤਾ ਕਿਤਾਬ ਦੇ ਵਿੱਚ ਪੜ੍ਹਿਆ ਸੀ ਵੀ ਸ੍ਰੀ ਰਾਗ ਦਾ ਗਾਇਨ ਹੋ ਰਿਹਾ ਸੀ, ਤੇ ਉਹ ਆਪਸ ਦੇ ਵਿੱਚ ਗੱਲ ਕਰਦੇ ਆ ਵੀ ਰਾਗ ਤਾਂ ਰਾਗ ਹੀ ਹੈ, ਪਰ ਰਾਗ ਦੇ ਵਿੱਚ ਹੁਣ ਬਾਣੀ ਨਹੀਂ ਪੜ੍ਹੀ ਜਾ ਰਹੀ, ਕੁਛ ਹੋਰ ਪੜ੍ਹਿਆ ਜਾ ਰਿਹਾ, ਇਸ ਕਰਕੇ ਰਾਗ ਦੀ ਖੂਬਸੂਰਤੀ ਘੱਟ ਗਈ। ਹੁਣ ਇਸ ਗੱਲ ਨਾਲ ਮੈਂ ਰਿਲੇਟ ਇਹ ਇੱਧਰ ਕਰਨਾ ਚਾਹੁੰਦਾ ਵੀ ਰਾਗ ਸੁਰ ਤਾਂ ਉਹੀ ਨੇ, ਸਾਜ ਉਹੀ ਨੇ, ਇਹਦੇ ਵਿੱਚ ਤੁਸੀਂ
ਗੰਦਾ ਗੰਦੀ ਚੀਜ਼ ਵੀ ਪਰੋਸ ਕੇ ਲੋਕਾਂ ਨੂੰ ਸੁਣਾ ਸਕਦੇ ਹੋ, ਠੀਕ ਹੈ, ਤੇ ਇਹਦੇ ਵਿੱਚ ਤੁਸੀਂ ਚੰਗੀ ਚੀਜ਼ ਵੀ ਪਰੋਸ ਕੇ ਦੇ ਸਕਦੇ ਹੋ, ਉਹ ਹੁਣ ਸਾਡੇ ਤੇ ਹੈ। ਪਰ ਬਾਸ਼ਰਤ ਇਹ ਹੈ ਵੀ ਰੈਪ ਕਰਨਾ ਕੋਈ ਮਾੜੀ ਗੱਲ ਨਹੀਂ, ਰੈਪ ਇੱਕ ਤਾਂ ਮਤਲਬ ਉਹਨੂੰ ਸੌਖਾ ਨਹੀਂ ਕਹਿੰਦਾ ਵੀ ਉਹਦੇ 'ਚ ਸੁਰ ਘੱਟ ਹੁੰਦੇ ਆ, ਯਾਨੀ ਕਿ ਦੋ ਚਾਰ ਸੁਰਾਂ ਦੇ ਉੱਤੇ ਤੁਸੀਂ ਖੇਡ ਸਕਦੇ ਹੋ, ਹੈ ਨਾ। ਇੱਕ 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 ਬਹੁਤ ਇੱਕ ਰੈਪ ਨੂੰ ਇਦਾਂ ਹੋ ਜਾਂਦਾ ਵੀ ਇੱਕ ਰੈਪ ਆਪਣੇ ਆਪ ਜੋ ਤੁਸੀਂ ਅੰਦਰ ਸੋਚ ਰਹੇ ਹੋ ਉਹ ਗੱਲਾਂ ਨੂੰ ਬਾਹਰ ਕੱਢ ਕੇ ਕਿਸੇ ਨੂੰ ਉਹ ਇੱਕ ਸੁਣਾਉਣਾ, ਕਨਵਰਸੇਸ਼ਨ ਹੋ ਜਾਂਦੀ ਆ। ਹਾਂਜੀ ਕਨਵਰਸੇਸ਼ਨ ਹੀ ਹੈ ਉਹ, ਬਸ ਸੁਰਾਂ ਦੇ ਵਿੱਚ ਆ, ਬੀਟ ਦੇ ਵਿੱਚ ਆ। ਤਾਂ ਉਹਦੇ ਵਿੱਚ ਜੇ ਕੋਈ ਸਿੱਖਿਆ ਹੋਇਆ ਆਰਟਿਸਟ ਪ੍ਰੋਪਰ ਸੁਰ ਦੇ ਵਿੱਚ ਉਹਨੂੰ ਚੀਜ਼ ਨੂੰ ਅਟੈਂਪਟ ਵਧੀਆ ਤਰੀਕੇ ਦੇ ਨਾਲ ਕਰਦਾ ਤਾਂ ਸਾਨੂੰ ਕੀ ਦਿੱਕਤ ਹੋ ਸਕਦੀ ਹੈ, ਜਾਂ ਮੈਨੂੰ ਪਰਸਨਲੀ ਕੀ ਦਿੱਕਤ ਹੋ ਸਕਦੀ ਹੈ? ਉਹ ਸੁਣਨ ਵਾਲੇ ਨੂੰ ਚੰਗਾ ਲੱਗ ਰਿਹਾ ਤਾਂ ਬਹੁਤ ਮੁਬਾਰਕ ਆ ਉਹਨੂੰ, ਬਹੁਤ ਵਧੀਆ ਚੀਜ਼ ਆ। ਬਸ ਇਹ ਹੈ ਕਿ ਕੋਈ ਸਿੱਖਿਆ ਹੋਇਆ ਅੱਗੇ ਆਉਣਾ ਚਾਹੀਦਾ ਆ, ਮਤਲਬ ਜਿਹਨੂੰ ਪ੍ਰੋਪਰ ਸੁਰ ਦੀ ਸਮਝ ਆ, ਉਹਨੇ ਕੋਈ 5-7 ਸਾਲ 10 ਸਾਲ ਇਸ ਦੇ ਇਸ ਸੰਗੀਤ ਨੂੰ ਆਪਣੇ ਦਿੱਤੇ ਆ, ਤਾਂ ਉਹ ਬੰਦਾ ਜ਼ਰੂਰ ਹਿੱਟ ਹੋਵੇ, ਸਾਨੂੰ ਕੋਈ ਦਿੱਕਤ ਨਹੀਂ ਕਿਸੇ ਨਾਲ। ਜਿਵੇਂ ਤੁਸੀਂ ਇੱਕ ਆਪਾਂ ਹੁਣ ਸ਼ੋਅ ਵੇਖਿਆ ਸੀਗਾ ਟੀਵੀ ਤੇ, ਮੈਂ ਵੀਡੀਓਜ਼ ਦੇਖੀਆਂ ਸੀਗੀਆਂ, ਬੋਬ ਰੰਧਾਵਾ ਰੰਧਾਵਾ, ਹਾਂ, ਤੇ ਉਹਦਾ ਜਿਹੜਾ ਜੱਜ ਸੀਗੇ ਬਾਦਸ਼ਾਹ, ਤਾਂ ਉਹਨੇ ਇੱਕ ਰੈਪ ਕੀਤਾ ਸੀਗਾ ਬਾਬਾ ਦਲੀਪ ਸਿੰਘ ਤੇ, ਵਿੱਚ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਜ਼ਿਕਰ ਕੀਤਾ ਸੀਗਾ, ਉਹ ਵੀ ਹੁਣ ਰੈਪ ਆ, ਹੈ ਨਾ। ਤਾਂ ਉਹ ਵੇਖੋ ਕਿੰਨਾ ਉਹਨੂੰ ਹਿੱਟਸ ਹੋਏ, ਤਾਂ ਕਿੰਨੇ ਲੋਕਾਂ ਨੇ ਸ਼ੇਅਰ ਕੀਤਾ, ਤਾਂ ਪਸੰਦ ਕਿੰਨਿਆਂ ਨੇ ਕੀਤਾ, ਜਿਨ੍ਹਾਂ ਨੂੰ ਸਿੱਖ ਇਤਿਹਾਸ ਨਾਲ ਨਹੀਂ ਵੀ ਸੀ ਪਤਾ ਉਹਨਾਂ ਨੂੰ ਵੀ ਪਤਾ ਲੱਗਿਆ ਵੀ ਸਿੱਖ ਇਹ ਨੇ। ਸੋ ਆਪਣੀ ਕੌਮ ਦੇ ਪ੍ਰਤੀ ਹਮੇਸ਼ਾ ਮਤਲਬ ਅਸੀਂ ਸਾਫ਼ ਰਹਿਣਾ ਆ, ਤੇ ਉਹਨਾਂ ਨੂੰ ਹਮੇਸ਼ਾ ਜਿਹੜੇ ਸਾਡੇ ਸਿੰਘ ਸੂਰਮੇ ਸੀ ਉਹਨਾਂ ਨੂੰ ਹਮੇਸ਼ਾ ਧਿਆਨ 'ਚ ਰੱਖਣਾ ਤੇ ਅੱਗੇ ਰੱਖਣਾ ਆ, ਅਸੀਂ ਆਹ ਆ, ਠੀਕ ਹੈ। ਬੇਸ਼ੱਕ ਸਮੇਂ ਦੇ ਵਹਿਣ ਨੇ ਬਹੁਤ ਕੁਝ ਬਦਲਤਾ, ਮਤਲਬ ਸਾਡੇ 뮤직 ਦੇ ਵਿੱਚ ਉਹ ਚੀਜ਼ਾਂ ਝਲਕਦੀਆਂ ਰਹਿਣ ਵੀ ਅਸੀਂ, ਬਿਲਕੁਲ ਬਿਲਕੁਲ, ਸਾਡਾ ਵੇਸ਼ਭੂਸ਼ਾ ਬਦਲ ਗਈ ਸਾਡੀ, ਠੀਕ ਹੈ, ਸਾਡਾ 뮤직 ਬਦਲ ਗਿਆ। ਸੋ ਇਹ ਆ ਵੀ ਆਪਦਾ ਪਿਛੋਕੜ ਜਿਹੜੀਆਂ ਕੌਮਾਂ ਭੁੱਲ ਜਾਂਦੀਆਂ ਨੇ, ਕਹਿੰਦੇ ਨੇ ਵੀ ਜਿਹੜੀ ਬੱਕਰੀ ਸ਼ੇਰ ਦੀ ਜੂ ਵੜ ਜੇ ਉਹਦੇ ਹੱਡ ਵੀ ਨਹੀਂ ਤੇ ਉਹਦੀ ਖੱਲ ਵੀ ਨਹੀਂ, ਹਨਾ, ਤੇ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜੇ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ। ਸੋ ਹਮੇਸ਼ਾ ਆਪਦੇ ਇਤਿਹਾਸ ਨਾਲ, ਆਪਦੇ ਪਿਛੋਕੜ ਨਾਲ, ਆਪਦੇ ਗੁਰੂਆਂ ਪੀਰਾਂ ਨਾਲ, ਤੁਸੀਂ ਜਿਹੜਾ ਵੀ ਤੁਹਾਡਾ ਇਸ਼ਟ ਆ ਉਹਨੂੰ ਹਮੇਸ਼ਾ ਯਾਦ ਰੱਖੋ, ਹਮੇਸ਼ਾ ਧਿਆਓ, ਤੇ ਪਰਮਾਤਮਾ ਸਭ ਨੂੰ ਰੰਗ ਭਗ ਲਾਉਂਦਾ ਜੀ। ਚਲੋ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਹੈ ਨਾ, ਮੈਨੂੰ ਤਾਂ ਪਰਸਨਲੀ ਬਹੁਤ ਮਜ਼ਾ ਆਇਆ, ਤੁਹਾਨੂੰ ਸੁਣ ਕੇ ਬਹੁਤ ਮਜ਼ਾ ਆਇਆ ਕੰਨਾਂ ਨੂੰ, ਹੈ ਨਾ। ਸੋ ਐਟ ਦ ਐਂਡ ਜੇ ਤੁਸੀਂ ਵਿਊਰਸ ਨੂੰ ਕੁਛ ਮੈਸੇਜ ਦੇਣਾ ਚਾਹੁੰਦੇ ਹੋ, ਦੱਸਣਾ ਚਾਹੁੰਦੇ ਹੋ, ਤਾਂ ਜ਼ਰੂਰ ਦੱਸਿਓ। ਅਤੇ ਇੱਕ ਹੋਰ ਮੇਰੀ ਛੋਟੀ ਜਿਹੀ ਜਾਂਦੇ ਹੋਏ ਫਰਮਾਇਸ਼ ਆ ਕਿ ਤੁਸੀਂ ਜਾਂਦੇ ਜਾਂਦੇ ਇੱਕ ਪਿਆਰਾ ਜਿਹਾ ਮਿੱਠਾ ਜਿਹਾ ਗੀਤ ਜ਼ਰੂਰ ਸੁਣਾ ਦਿਓ, ਜਿਹੜਾ ਕੋਈ ਵੀ ਜਿਹੜਾ ਤੁਹਾਨੂੰ ਪਸੰਦ ਆ ਜਾਂ ਜਿਹੜਾ ਤੁਸੀਂ ਸੁਣਾਉਣਾ ਚਾਹੁੰਦੇ ਹੋ, ਹੈ ਨਾ, ਤਾਂ ਜ਼ਰੂਰ ਸੁਣਾ ਦਿਓ। ਵਿਊਰਸ ਨੂੰ ਮੇਰੀ ਇਹੀ ਸਾਰਿਆਂ ਨੂੰ ਬੇਨਤੀ ਹੈ ਕਿ ਚੰਗਾ 뮤직 ਵੀ ਸਿੱਖਣਾ ਸ਼ੁਰੂ ਕਰੀਏ। ਲਾਈਕ ਜਿਵੇਂ ਤੁਸੀਂ ਆਪਾਂ ਕਹਿ ਲਈਏ ਵੀ ਬਾਬਾ ਬੁੱਲੇ ਸ਼ਾਹ ਦੇ ਕਲਾਮ ਬਹੁਤ ਪਏ ਨੇ, ਨੁਸਰਤ ਸਾਹਿਬ ਨੇ ਬਹੁਤ ਗਾਇਆ, ਸ਼ਾਹ ਹੁਸੈਨ ਜਾਂ ਬਾਬਾ ਫਰੀਦ ਸਾਹਿਬ, ਜਿਹੜੇ ਅਸਲ ਦੇ ਵਿੱਚ ਸਾਡੀ ਜ਼ਿੰਦਗੀ ਦਾ ਮਨੋਰਥ ਸਾਨੂੰ ਸਮਝਾਉਂਦੇ ਨੇ ਵੀ ਅਸੀਂ ਇਹ ਜਨਮ ਜਿਹੜਾ ਮੈਨੂੰ ਆਹ ਸਰੀਰ ਮਿਲਿਆ ਆ, ਇਹਦੇ ਅੰਦਰ ਇੱਕ ਸੋਲ ਆ, ਉਹ ਮਿਲੀ ਕਿਸ ਵਜ੍ਹਾ ਕਰਕੇ, ਕਿਸ ਕਾਰਨ ਕਰਕੇ ਮਿਲੀ ਹੈ, ਠੀਕ ਹੈ। ਤਾਂ ਉਹ ਚੀਜ਼ ਨੂੰ ਜੇ ਅਸੀਂ ਸਮਝੀਏ ਤਾਂ ਬਹੁਤ ਭਾਗਾਂ ਵਾਲੇ ਹੋਵਾਂਗੇ, ਜੇ ਅਸੀਂ ਇੰਨੀ ਇੰਨੀ ਚੀਜ਼ ਨੂੰ ਸਮਝ ਲਈਏ, ਸਿਰਫ ਸਮਝ ਲਈਏ, ਹਾਂਜੀ, ਹੈ ਨਾ। ਤੇ ਬਾਕੀ ਚੰਗਾ 뮤직 ਹਮੇਸ਼ਾ ਪ੍ਰਮੋਟ ਕਰਿਆ ਕਰੋ, ਤੇ ਸੁਰ ਦੇ ਨਾਲ ਜੁੜੋ, ਕਿਉਂਕਿ ਸੁਰ ਹੀ ਸਾਰਿਆਂ ਨੂੰ ਇਕੱਠੇ ਕਰ ਸਕਦਾ, ਭਾਵੇਂ ਉਹ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਸਿੱਖ ਹੈ, ਸਿਰਫ ਸੁਰ ਦੇ ਵਿੱਚ ਤਾਕਤ ਹੈ ਜਿਹੜਾ ਕਿਸੇ ਵੀ ਕਮਿਊਨਿਟੀ ਨੂੰ ਇੱਕ ਕਰ ਸਕਦਾ, ਠੀਕ ਹੈ। ਸੁਰ ਨੇ ਕਦੇ ਨਹੀਂ ਕਿਹਾ ਵੀ ਇਹ ਹਿੰਦੂ ਦਾ ਬਿਲਕੁਲ ਜਾਂ ਇਹ ਮੁਸਲਮਾਨ ਦਾ, ਜਦੋਂ ਸੁਰ ਦਿਲ ਚ ਲੱਗਦਾ ਤਾਂ ਉਦੋਂ ਵਾਹ ਵਾਹ ਨਿਕਲਦੀ ਹੈ, ਬਸ ਇਹ ਨਹੀਂ ਵੇਖਦੇ ਆਪਾਂ ਵੀ ਕਿਹਦਾ ਆ, ਜੀ, ਹੈ ਨਾ। ਸੋ ਇਹੀ ਮੇਰਾ ਸੰਦੇਸ਼ ਹੈ ਸਾਰਿਆਂ ਨੂੰ, ਇਹੀ ਮੈਸੇਜ ਹੈ। ਤੇ ਗਾਣਾ ਆਪਾਂ ਰਾਤ ਸਾਹਿਬ ਦਾ ਮੈਂ ਤੁਹਾਨੂੰ ਸੁਣਾਉਣਾ, ਮੇਰਾ ਬੜਾ ਪਸੰਦ ਦਾ ਗੀਤ ਹੈ, ਮਤਲਬ ਪੋਰੇ ਪੀਆ, ਠੀਕ ਹੈ ਜੀ, ਬਿਲਕੁਲ। ਵਾਹ
ਕਿਆ ਬਾਤ ਹੈ ਜੀ। ਲਓ ਜੀ, ਮੇਰੇ ਤਾਂ ਕੰਨ ਹੋ ਗਏ ਧੰਨ ਧੰਨ, ਅਤੇ ਤੁਹਾਨੂੰ ਵੀ ਹੋਪਫੁਲੀ ਇਹ ਪੋਡਕਾਸਟ ਵਧੀਆ ਲੱਗਿਆ ਹੋਊਗਾ, ਸੁਣ ਕੇ ਆਨੰਦ ਆਇਆ ਹੋਊਗਾ, ਕੁਝ ਸਿੱਖਣ ਨੂੰ ਮਿਲਿਆ ਹੋਊਗਾ। ਤਾਂ ਇਸੇ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਨਾਲ ਹੋਰ ਯਾਰਾਂ ਦੋਸਤਾਂ ਨਾਲ ਇਹ ਪੋਡਕਾਸਟ ਜ਼ਰੂਰ ਸ਼ੇਅਰ ਕਰ ਦਿਓ। ਬਾਕੀ ਜੇ ਤੁਸੀਂ ਵੀ ਇੱਦਾਂ ਦਾ ਆਨੰਦ ਲੈਣਾ ਚਾਹੁੰਦੇ ਹੋ, ਸਿੱਖਣਾ ਚਾਹੁੰਦੇ ਹੋ, ਤਾਂ ਵੀਰ ਨੂੰ ਜ਼ਰੂਰ ਕੰਟੈਕਟ ਕਰ ਲਿਓ ਇਹਨਾਂ ਦੇ ਇੰਸਟਾਗ੍ਰਾਮ ਪੇਜ ਤੋਂ, ਇਹਨਾਂ ਦੇ ਫੇਸਬੁੱਕ, ਟਿਕਟੋਕ, ਜਿੱਥੋਂ ਵੀ ਇਹਨਾਂ ਦਾ ਨੰਬਰ ਵੀ ਹੈਗਾ, ਅਤੇ ਤੁਸੀਂ ਇਹਨਾਂ ਤੋਂ ਸਿੱਖ ਸਕਦੇ ਹੋ ਅਤੇ ਇਹਨਾਂ ਨੂੰ ਮਿਲ ਸਕਦੇ ਹੋ। ਪੋਡਕਾਸਟ ਦੇਖਣ ਲਈ ਬਹੁਤ ਬਹੁਤ ਧੰਨਵਾਦ। Oh।